ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਅਸੀਂ ਆ ਪਹੁੰਚੇ ਹਾਂ ਪਟਿਆਲੇ ਦੇ ਕੋਲ ਜਿੱਥੇ ਨਿੱਕਾ ਜ਼ੈਲਦਾਰ 3 ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਸ ਫਿਲਮ ਦੀ ਸਾਰੀ ਸਟਾਰਕਾਸਟ ਇੱਥੇ ਮੌਜੂਦ ਹੈ ਅਤੇ ਇੱਥੇ ਜਿਹੜਾ ਅੱਜ ਸੀਨ ਸ਼ੂਟ ਹੋ ਰਿਹਾ ਉਹ ਕਲਾਈਮੈਕਸ ਦਾ ਸੀਨ ਹੈ ਅਤੇ ਵਾਰੀ ਵਾਰੀ ਸਾਰਿਆਂ ਨਾਲ ਗੱਲ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਇਸ ਸੀਨ ਤੋਂ ਸਾਨੂੰ ਕੀ ਪਤਾ ਲੱਗਦਾ ਅਤੇ ਫਿਲਮ ਦੇ ਵਿੱਚ ਸਾਨੂੰ ਕੀ ਨਵਾਂ ਦੇਖਣ ਨੂੰ ਮਿਲੇਗਾ। ਜਿਵੇਂ ਕਿ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਕਿਸੇ ਫਿਲਮ ਦਾ ਥ੍ਰੀਕੁਅਲ ਬਣਨ ਜਾ ਰਿਹਾ ਅਤੇ ਦੇਰ ਕਾਹਦੀ ਹੈ, ਸਾਰੇ ਇੱਥੇ ਮੌਜੂਦ ਨੇ, ਵਾਰੀ ਵਾਰੀ ਉਹਨਾਂ ਨਾਲ ਗੱਲਾਂ ਕਰਦੇ ਹਾਂ। ਚਲੋ ਫਿਰ ਇੱਥੇ ਖੜ੍ਹੇ ਹੈ ਡਾਇਰੈਕਟਰ ਸਿਮਰਜੀਤ ਸਿੰਘ ਜੀ, ਜਿਹੜੇ ਨਾ ਇੰਸਟਰਕਸ਼ਨਸ ਦੇ ਰਹੇ ਸਾਰਿਆਂ ਨੂੰ, ਪਰ ਅਸੀਂ ਇੰਟਰਪਟ ਕਰਨ ਲੱਗੇ ਹਾਂ। ਕਰਦੇ ਹੀ ਤੁਸੀਂ ਪਹਿਲੇ ਡਰ ਗਏ। ਬਿਲਕੁਲ ਬਿਲਕੁਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਹੋਰ ਦੱਸੋ, ਕਿਸ ਤਰ੍ਹਾਂ ਆਏ ਤੇ ਸੈੱਟ ਤੇ ਆਏ? ਅਸੀਂ ਬਸ ਨਾਲ ਆਏ ਤਾਂ ਆਏ ਤੇ ਬਾਰਿਸ਼ ਵੀ ਲੈ ਆਏ। ਨਹੀਂ ਨਹੀਂ, ਹੁਣ ਆਪਾਂ ਬਾਰਿਸ਼ ਭੇਜ ਦਿੰਦੇ ਹਾਂ ਵਾਪਸ ਤੁਹਾਡੀ ਅਤੇ ਸ਼ੂਟ ਕਰਾਂਗੇ ਜਲਦੀ। ਵੇਟ ਕਰ ਰਹੇ ਸੀ, ਕਲਾਊਡ ਘਟ ਗਿਆ ਅਤੇ ਤਿਆਰੀ ਕਰ ਰਹੇ ਹਾਂ। ਜਿਵੇਂ ਕਿ ਤੁਸੀਂ ਹੁਣੇ ਦੱਸਿਆ ਕਿ ਕਲਾਊਡ ਕੱਟ ਚੁੱਕੇ, ਹੁਣ ਸੈਟਿੰਗ ਹੋ ਚੁੱਕੀ ਹੈ, ਕਿੰਨਾ ਕੁ ਟਾਈਮ ਲੱਗਦਾ ਪੂਰੇ ਸੈਟਅਪ ਦੇ ਵਿੱਚ? ਵੈਸੇ ਤਾਂ ਸਾਨੂੰ ਕੋਈ ਟਾਈਮ ਨਹੀਂ ਲੱਗਦਾ ਸ਼ੁਰੂਆਤ ਕਰਨ ਵਾਸਤੇ, ਪਰ ਥੋੜ੍ਹੇ ਜਦੋਂ ਆਇਆ ਤਾਂ ਬਾਰਿਸ਼ ਹਲਕੀ ਹਲਕੀ ਹੋ ਰਹੀ ਸੀ ਤਾਂ ਉਹਦੇ ਵਾਸਤੇ ਕੀ ਹੁੰਦਾ ਕਿ ਇਕਿਊਪਮੈਂਟ ਬਾਹਰ ਕੱਢੋ ਤਾਂ ਬਾਰਿਸ਼ ਖਰਾਬ ਹੋ ਸਕਦਾ, ਇਸ ਕਰਕੇ ਥੋੜ੍ਹੀ ਵੇਟ ਕਰਨੀ ਪੈਂਦੀ ਹੈ। ਜਸਟ ਹੁਣ ਇੱਕਦਮ ਕਲੀਅਰ ਹੋਇਆ ਤਾਂ ਅਸੀਂ ਸ਼ੁਰੂਆਤ ਕਰਤੀ ਹੈ ਅਤੇ ਜਲਦੀ ਤੁਹਾਨੂੰ ਦਿਖਾਵਾਂਗੇ ਅੱਗੇ ਫਿਲਮ ਦਾ ਕਲਾਈਮੈਕਸ ਚੱਲ ਰਿਹਾ। ਜੀ, ਨਿੱਕਾ ਜ਼ੈਲਦਾਰ 3 ਲੋਕ ਬਹੁਤ ਐਕਸਾਈਟਿਡ ਨੇ, ਬੋਲੀਵੁੱਡ ਦਾ ਲੈਵਲ ਨਾ ਬਹੁਤ ਵੱਧ ਚੁੱਕਿਆ, ਪੰਜਾਬੀ ਸਿਨੇਮਾ ਨੂੰ ਬਹੁਤ ਲੋਕ ਦੇਖਣਾ ਸ਼ੁਰੂ ਹੋ ਗਏ ਹੈ। ਸਿਨੇਮਾਟੋਗ੍ਰਾਫੀ ਦੀ ਗੱਲ ਕਰੀਏ, ਐਡੀਟਿੰਗ ਦੀ ਕਰੀਏ, ਡਾਇਰੈਕਸ਼ਨ ਦੀ ਕਰੀਏ, ਟੈਕਨੀਕਲ ਲੈਵਲ ਦੇ ਉੱਤੇ ਨਾ ਹੁਣ ਕਿਹੜੀ ਮਿਹਨਤ ਜਿਹੜੀ ਹੈ ਉਹ ਜ਼ਿਆਦਾ ਕਰਨੀ ਸ਼ੁਰੂ ਹੋ ਗਏ ਹੋ? ਕਿਹੜੀ ਕਿਹੜੀ ਬਾਰੀਕੀਆਂ ਦਾ ਗੌਰ ਨਾਲ ਧਿਆਨ ਦੇਣਾ ਸ਼ੁਰੂ ਕਰਤਾ ਕਿ ਯਾਰ ਹੁਣ ਜਿਹੜੀ ਹੈ ਗਰੋਥ ਬਹੁਤ ਜ਼ਬਰਦਸਤ ਹੈ? ਬਿਲਕੁਲ, ਦੇਖੋ ਹਰ ਜਿਹੜਾ ਵੀ ਡਿਪਾਰਟਮੈਂਟ ਆ ਉਹਦੇ 'ਤੇ ਬਰੀਕੀ ਨਾਲ, ਚਾਹੇ ਰਾਈਟਿੰਗ ਹੋਵੇ, ਐਡੀਟਿੰਗ ਹੋਵੇ, ਮਿਕਸਿੰਗ ਹੋਵੇ, ਫੋਟੋਗ੍ਰਾਫੀ ਹੋਵੇ, ਲੋਕੇਸ਼ਨ ਜ਼ੋਨ, ਡਰੈਸਿਸ ਜ਼ੋਨ, ਐਵਰੀਥਿੰਗ। ਜਿਹੜਾ ਫਿਲਮ ਹੈ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ ਅਤੇ ਸਾਰੀਆਂ ਚੀਜ਼ਾਂ ਜਦੋਂ ਬਿਊਟੀਫੁੱਲ ਹੋਣਗੀਆਂ ਤਾਂ ਜਿਹੜਾ ਪ੍ਰੋਡਕਟ ਉਨਾ ਹੀ ਵਧੀਆ ਆਏਗਾ। ਜੇ ਇੱਕ ਵੀ ਵਿੱਚੋਂ ਲੈਕ ਕਰਦਾ, ਡਾਊਨ ਜਾਂਦਾ ਥੱਲੇ, ਤਾਂ ਤੁਹਾਨੂੰ ਬਰੀਕੀਆਂ ਦੇ ਵਿੱਚ ਦਿਖਣਾ ਨਜ਼ਰ ਆ ਜਾਂਦਾ। ਆਡੀਅੰਸ ਫਿਰ ਕਹਿੰਦੀ ਆ ਆਏ ਹਾਂ ਇਸ ਤਰ੍ਹਾਂ, ਅੱਛਾ ਨਹੀਂ ਹੈ। ਇਸ ਤੋਂ ਪਹਿਲਾਂ ਨਿੱਕਾ ਜ਼ੈਲਦਾਰ 1 ਅਤੇ 2 ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ, 3 ਨੂੰ ਬਣਾਉਂਦੇ ਹੋਏ ਪ੍ਰੈਸ਼ਰ ਕਿੰਨਾ ਕੁ ਸੀਗਾ? ਬਿਲਕੁਲ ਪ੍ਰੈਸ਼ਰ ਨਹੀਂ ਹੈ, ਕਿਉਂਕਿ ਸਾਡਾ ਟਾਈਟਲ ਜਿਹੜਾ ਹੈਗਾ ਬੜਾ ਕਿਊਟ ਜਿਹਾ ਟਾਈਟਲ ਹੈ, ਸਾਨੂੰ ਆਸ ਹੈ ਕਿ ਪਸੰਦ ਕਰਨਗੇ ਅਤੇ ਹਰ ਫਿਲਮ ਦੀ ਹੋਪ ਹੀ ਹੁੰਦੀ ਹੈ ਕਿ ਦਰਸ਼ਕ ਪਸੰਦ ਕਰਨਗੇ। ਅਸੀਂ ਹੋਪ ਦੇ ਤੌਰ 'ਤੇ ਹੀ ਬਣਾਉਂਦੇ ਹਾਂ, ਸਾਡੇ ਕੋਨਫੀਡੈਂਸ ਨਹੀਂ ਹੁੰਦਾ, ਅਸੀਂ ਡਰਦੇ ਰਹਿੰਦੇ ਹਾਂ ਐਂਡ ਤੱਕ ਵੀ, ਅਤੇ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦੇ, ਡਰ ਦੇ ਨਾਲ ਜ਼ਿਆਦਾ ਵਧੀਆ ਕੰਮ ਕਰਦੇ ਹਾਂ। ਅਤੇ ਮੈਨੂੰ ਆਸ ਹੈ ਕਿ ਨਿੱਕਾ ਸੀਰੀਜ਼ ਬਹੁਤ ਅੱਛੀ ਸੀਰੀਜ਼ ਬਣ ਚੁੱਕੀ ਹੈ ਔਰ ਥਰਡ ਪਾਰਟ ਪੰਜਾਬੀ 'ਚ ਫਸਟ ਟਾਈਮ ਬਣ ਰਿਹਾ ਅਤੇ ਅੱਗੇ ਵੀ ਸ਼ਾਇਦ ਜਾਰੀ ਰਹਿ ਸਕਦੇ ਨੇ। ਅਤੇ ਪਹਿਲੇ ਦੀ ਕਹਾਣੀ ਦੂਸਰੇ ਦੀ ਕਹਾਣੀ ਇੱਕ ਦੂਸਰੇ ਨਾਲ ਇੰਨੀ ਰਿਲੇਟ ਨਹੀਂ ਕਰਦੀ ਸੀ, ਤੀਸਰੇ ਦੀ ਇਹਦੇ ਵਿੱਚ ਕੋਈ ਚੰਕ ਹੋਊਗਾ ਜਾਂ ਇਹ ਟੋਟਲ ਡਿਫਰੈਂਟ ਹੈ? ਨਹੀਂ, ਇਹ ਨਿੱਕਾ ਜ਼ੈਲਦਾਰ ਹਮੇਸ਼ਾ ਹੀ ਡਿਫਰੈਂਟ ਰਹੇਗੀ, ਕਿਉਂਕਿ ਇਹ ਸੀਕੁਅਲ ਨਹੀਂ ਹੈ, ਸੀਰੀਜ਼ ਹੈ, ਤਾਂ ਹਰ ਵਾਰ ਸੀਰੀਜ਼ ਦੇ ਵਿੱਚ ਕੁਛ ਨਵੀਂ ਕਹਾਣੀ ਆਏਗੀ, ਨਵੇਂ ਆਰਟਿਸਟ ਵੀ ਚੇਂਜ ਹੋ ਸਕਦੇ, ਪਰ ਹੀਰੋ ਤਾਂ ਸੇਮ ਨਿੱਕਾ ਹੀ ਰਹੇਗਾ, ਦਾਦੀ ਹਮੇਸ਼ਾ ਰਹੇਗੀ। ਬਾਕੀ ਕੁਛ ਕਹਾਣੀ ਦੇ ਅਕੋਰਡਿੰਗਸ ਕੁਛ ਡਿਮਾਂਡ ਰਹਿੰਦੀ ਹੈ ਕਰੈਕਟਰਾਂ ਦੀ, ਉਹ ਚੇਂਜ ਹੁੰਦੀ ਰਹੇਗੀ। ਜਿਸ ਤਰ੍ਹਾਂ ਇਸ ਵਾਰ ਸੋਨਮ ਨਹੀਂ ਹੈ, ਵਾਮਿਕਾ ਅਤੇ ਇੱਕ ਸੋਨੀਆ ਕੌਰ ਹੈ ਕੁੜੀ ਜੋ ਫਸਟ ਦੇ ਵਿੱਚ ਸੀਗੀ, ਤਾਂ ਇਸ ਤਰ੍ਹਾਂ ਥੋੜ੍ਹਾ ਬਹੁਤਾ ਫੇਰ ਬਦਲ ਹੋ ਸਕਦਾ, ਪਰ ਜੋ ਮੇਨ ਚੀਜ਼ਾਂ ਨੇ ਸਾਰੀਆਂ ਮੋਸਟਲੀ ਸੇਮ ਹੀ ਰਹਿਣਗੀਆਂ ਹਮੇਸ਼ਾ। ਵੈਸੇ ਕੀ ਉਹ ਕਲਿੱਕ ਪੁਆਇੰਟ ਸੀਗਾ ਕਿ ਸੋਨਮ ਨਹੀਂ ਅਤੇ ਵਾਮਿਕਾ? ਨਹੀਂ, ਉਹ ਸੋਨਮ ਨੂੰ ਕਰੈਕਟਰ ਨਹੀਂ ਸੂਟ ਕਰ ਰਿਹਾ ਸੀਗਾ, ਉਹ ਕਰੈਕਟਰ ਹੀ ਇਸ ਤਰ੍ਹਾਂ ਦਾ ਹੈ, ਇਸ ਕਰਕੇ, ਹੋਰ ਕੁਛ ਨਹੀਂ ਹੈ। ਹਾਂ ਜੀ, ਬਿਲਕੁਲ ਬਿਲਕੁਲ ਜੀ। ਅਤੇ ਇੱਕ ਸਵਾਲ ਪੁੱਛਣਾ ਚਾਹੂੰਗੀ, ਜਿਹੜਾ ਇਹ ਨਿੱਕਾ ਹੈ ਇਹ ਵੱਡਾ ਕਦੋਂ ਹੋਊਗਾ? ਨਹੀਂ, ਵੱਡਾ ਕਰਨਾ ਨਹੀਂ, ਅਸੀਂ ਨਿੱਕਾ ਹੀ ਰਹੂਗਾ, ਨਿੱਕਾ ਹੀ ਰਹਿਣਾ, ਨਿੱਕੇ ਨੇ ਅਤੇ ਜਦ ਤੱਕ ਰਹੇਗਾ ਨਿੱਕਾ ਹੀ ਰਹੇਗਾ, ਚੱਲਦਾ ਰਹੇਗਾ। ਅਤੇ ਇੱਕ ਕੀ ਪ੍ਰੋਮਿਸ ਦੇ ਰਹੇ ਹੋ ਹੁਣ ਆਡੀਅੰਸ ਨੂੰ ਨਿੱਕਾ ਜ਼ੈਲਦਾਰ 3 ਦੇ ਲਈ, ਕਿ ਲੈ ਕੇ ਆ ਰਹੇ ਹੋ? ਬਸ ਸਰਪ੍ਰਾਈਜ਼ ਹੀ ਹੈ, ਦੱਸ ਨਹੀਂ ਸਕਦੇ, ਕਿਉਂਕਿ ਫਨ ਉਹਨਾਂ ਦਾ ਖਤਮ ਹੋ ਜਾਏਗਾ ਜਿਸ ਤਰ੍ਹਾਂ ਟ੍ਰੇਲਰ ਆਏਗਾ, ਉਹਨਾਂ ਨੂੰ ਲੱਗੇਗਾ ਕੁਛ ਡਿਫਰੈਂਟ ਆ ਫਸਟ ਔਨ ਸੈਕਿੰਡ ਨਾ, ਔਰ ਹਾਸਾ ਖੂਬ ਰਹੇਗਾ, ਹੱਸਣਗੇ ਲੋਕ, ਇੰਜੋਏ ਕਰਨਗੇ, ਕਿਉਂਕਿ ਇੰਟਰਟੇਨਮੈਂਟ ਹੈ, ਹੱਸਣਾ ਜ਼ਰੂਰੀ ਹੈ ਥੀਏਟਰ 'ਚ ਬੈਠ ਕੇ। ਸਾਡੀ ਮਤਲਬ ਕੋਸ਼ਿਸ਼ ਹੈ ਕਿ ਲੋਕਾਂ ਦੇ ਢਿੱਡ ਦੁਖਣ ਲਾਈਏ ਹੱਸਾ ਹੱਸਾ ਕੇ ਨਿੱਕਾ ਦੇ ਵਿੱਚ, ਅਤੇ ਸ਼ਾਇਦ ਕਾਮਯਾਬ ਹੋਵਾਂਗੇ। ਅਤੇ ਇਹ ਕਦੋਂ ਤੱਕ ਸ਼ੂਟਿੰਗ ਖਤਮ ਹੋ ਜਾਏਗੀ, ਰੈਪ ਅਪ ਕਦੋਂ ਹੋਏਗਾ ਅਤੇ ਕਦੋਂ ਤੱਕ ਫਿਲਮ ਦੇਖਣ ਨੂੰ ਮਿਲੇਗੀ? 12-13 ਤੱਕ ਖਤਮ ਹੋ ਜਾਏਗੀ, ਰਿਲੀਜ਼ ਡੇਟ ਅਜੇ ਅਸੀਂ ਫਾਈਨਲ ਨਹੀਂ ਕੀਤੀ, ਸ਼ੂਟ ਖਤਮ ਹੋਣ ਤੋਂ ਬਾਅਦ ਜਲਦੀ ਡੇਟ ਫਾਈਨਲ ਕਰਕੇ ਅਸੀਂ ਅਨਾਊਂਸ ਕਰਾਂਗੇ, ਪਰ ਇਸੇ ਸਾਲ ਹੀ ਹੈ, ਜਲਦੀ ਹੋ ਸਕਦਾ ਸੇਮ ਡੇਟ 'ਤੇ ਆ ਜਾਏ ਜਿਹੜੀ ਹਮੇਸ਼ਾ ਆਉਂਦੀ ਹੈ ਨਿੱਕਾ ਸੀਰੀਜ਼, ਅਤੇ ਬਸ ਇਹੀ।
ਬਹੁਤ ਵਧੀਆ ਲੱਗਦਾ ਹਰ ਵਾਰ ਤੁਹਾਡੇ ਨਾਲ ਗੱਲ ਕਰਕੇ ਆਲ ਦਾ ਵੈਰੀ ਬੈਸਟ ਟੂ ਯੂ ਅਤੇ ਉਮੀਦ ਕਰਦੇ ਹਾਂ ਜਿਹੜੀ ਤੁਹਾਡੀਆਂ ਉਮੀਦਾਂ ਇਸ ਪ੍ਰੋਜੈਕਟ ਤੋਂ ਉਹ ਜ਼ਰੂਰ ਪੂਰੀਆਂ ਹੋਣ ਬਿਲਕੁਲ ਧੰਨਵਾਦ ਤੁਹਾਡਾ ਵੀ ਆਡੀਅੰਸ ਦਾ ਵੀ ਰੱਬ ਦਾ ਵੀ ਸਾਰਿਆਂ ਦਾ ਸ਼ੁਕਰ ਹੈ ਕਿ ਸਾਨੂੰ ਇਹੋ ਜਿਹੇ ਮਤਲਬ ਮੌਕੇ ਮਿਲੇ 3 sequel ਬਣਾਉਣ ਦਾ ਮਤਲਬ ਰਿਕਾਰਡ ਬਣਾਉਣ ਦਾ ਸਾਨੂੰ ਮਤਲਬ ਮਾਣ ਪ੍ਰਾਪਤ ਹੋਇਆ ਅਤੇ ਇਹ ਸਾਰਾ ਦਰਸ਼ਕਾਂ ਦੇ ਕਰਕੇ ਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਹਾਜ਼ਰੀ ਲਵਾਉਂਦੇ ਰਹਾਂਗੇ ਇੱਥੇ ਬੈਠੇ ਨੇ ਡਿਸਕਸ਼ਨ ਚੱਲ ਰਹੀ ਹੈ ਇਸ ਫਿਲਮ ਦੇ ਰਾਈਟਰ ਬੈਠੇ ਨੇ ਗੁਰਪ੍ਰੀਤ ਸਿੰਘ ਜੀ ਪਰ ਸਾਰੇ ਉਹਨਾਂ ਨੂੰ ਨਾ ਕੀ ਕਹਿੰਦੇ ਸਾਰੇ ਮੈਨੂੰ ਬਹੁਤ ਨਾਮਾਂ ਨਾਲ ਜਾਣਦੇ ਗਿਆਨੀ ਜੀ ਕਹਿੰਦੇ ਆ ਗਿਆਨੀ ਨਹੀਂ ਨਹੀਂ ਇਹ ਕਿਹੜਾ ਗਿਆਨ ਹੈ ਜਿਹਦੇ ਕਰਕੇ ਤੁਹਾਨੂੰ ਗਿਆਨੀ ਜੀ ਕਹਿੰਦੇ ਕੋਈ ਗਿਆਨ ਨਹੀਂ ਹੈ ਡਰ ਤੋਂ ਤਾਂ ਨਹੀਂ ਕਹਿੰਦੇ ਨਹੀਂ ਨਹੀਂ ਇਹ ਤਾਂ ਵੈਸੀ ਪ੍ਰੋਪਰਟੀ ਹੈ ਔਰ ਡਮੀ ਹੈ ਸਾਰੀ ਸੱਜਣ ਸਿੰਘ ਰੰਗਰੂਟ ਦੀ ਕਹਾਣੀ ਲਿਖੀ ਸੀ ਇਹਨਾਂ ਨੇ ਵੀਰ ਨੂੰ ਸੱਜਣ ਸਿੰਘ ਰੰਗਰੂਟ ਦੀ ਕਹਾਣੀ ਲਿਖੀ ਸੀਗੀ ਤੁਸੀਂ ਉਦੋਂ ਦੀ ਬੰਦੂਕਾਂ ਛੱਡੀਆਂ ਨੀ ਇਹਦੇ ਵਿੱਚ ਵੀ ਪਾਈਆਂ ਨੇ ਇਹ ਜੱਗੀ ਦੱਸੂ ਇਹ ਜਿਹੜੀ ਕਹਾਣੀ ਹੈ ਤੁਹਾਡੀ ਵੀ ਹੈ ਕਿੰਨਾ ਕੁ ਪਾਰਟ ਹੈ ਤੁਹਾਡਾ ਇਸ ਕਹਾਣੀ ਦੇ ਵਿੱਚ ਅਤੇ ਕਿੰਨੀ ਔਖਿਆਈ ਲੱਗੀ ਜਦੋਂ ਕੋਈ ਥਰਡ ਪਾਰਟ ਕਿਸੇ ਚੀਜ਼ ਦਾ ਬਣ ਰਿਹਾ ਉਹਦੇ ਵਿੱਚ ਕਿੰਨੀ ਮਿਹਨਤ ਲੱਗਦੀ ਕਿ ਸਟੋਰੀ ਦਮਦਾਰ ਹੋਣੀ ਚਾਹੀਦੀ ਮੇਰਾ ਇਸ ਫਿਲਮ 'ਚ ਕੁਛ ਵੀ ਨਹੀਂ ਹੈ ਮੈਂ ਧੰਨਵਾਦ ਇਹਨਾਂ ਨੇ ਮੈਨੂੰ ਇਸ ਫਿਲਮ 'ਚ ਲਿਆ ਹਿੱਸੇਦਾਰ ਬਣਾਇਆ ਬਹੁਤ ਔਖਾ ਹੁੰਦਾ ਇੱਕ ਕਿਸੇ ਨੇ ਮਕਾਨ ਮੈਂ ਇੱਕ ਰਿਸ਼ਤੇਦਾਰ ਇਹਨਾਂ ਦਾ ਹਾਂ ਸੋ ਬੇਸਿਕਲੀ ਇੰਟਰਵਿਊ ਦੇਣੀ ਨਹੀਂ ਆਉਂਦੀ ਔਰ ਬਹੁਤ ਵੱਡੀ ਅਜੇ ਕੋਈ ਵੱਡੀ ਗੱਲ ਕਹਾਂ ਨਾ ਕਹਾਂ ਮੈਨੂੰ ਨਹੀਂ ਪਤਾ ਪਰ ਸਾਰੀ ਟੀਮ ਸਤਿਕਾਰਯੋਗ ਹੈ ਸਪੈਸ਼ਲੀ ਜੇ ਕਹਾਂ ਸਾਰੇ ਜੱਗੀ ਵੀਰ ਐਮੀ ਵੀਰ ਪ੍ਰੋਡਿਊਸਰ ਡਾਇਰੈਕਟਰ ਔਰ ਪ੍ਰੋਡਿਊਸਰ ਕਹਾਂ ਸਰ ਕਾਕੂ ਵੀਰ ਵਰਗੇ ਲਾਈਫ 'ਚ ਪਹਿਲੀ ਵਾਰੀ ਕੋਈ ਇਹੋ ਜਿਹੇ ਪ੍ਰੋਡਿਊਸਰ ਮਿਲੇ ਮੈਂ ਨਹੀਂ ਇਹੋ ਜਿਹਾ ਕਦੀ ਪ੍ਰੋਡਿਊਸਰ ਦੇਖਿਆ ਕਾਕੂ ਬਾਈ ਵਰਗਾ ਉਹ ਦਮਦਾਰ ਪ੍ਰੋਡਿਊਸਰ ਹੈ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਬੋਲੀਵੁੱਡ ਦੇ ਵਿੱਚ ਇੰਨੇ ਚੰਗੇ ਚੰਗੇ ਸਬਜੈਕਟ ਬਣ ਰਹੇ ਹੈ ਅਤੇ ਸੱਜਣ ਸਿੰਘ ਰੰਗਰੂਟ ਨੇ ਇੱਕ ਬਹੁਤ ਚੰਗੀ ਸੋਚ ਦਿੱਤੀ ਸੀਗੀ ਉਸ ਤੋਂ ਬਾਅਦ ਸਿਨੇਮਾ ਜਿਹੜਾ ਹੈ ਉਹਦਾ ਲੈਵਲ ਉੱਥੋਂ ਅਪਗ੍ਰੇਡ ਹੋਣਾ ਸ਼ੁਰੂ ਹੋਇਆ ਸੀ ਕਿ ਬਾਇਓਪਿਕਸ ਦੇਖਣ ਨੂੰ ਮਿਲੀਆਂ ਅਤੇ ਉਸ ਤੋਂ ਬਾਅਦ ਆਈ ਫਿਲਮਾਂ ਆਉਂਦੀਆਂ ਗਈਆਂ ਅਤੇ ਜਿਹੜਾ ਹੁਣ ਪ੍ਰੈਸ਼ਰ ਹੈ ਜਗਦੀਪ ਜੀ ਅਸੀਂ ਤੁਹਾਡੇ 'ਤੇ ਆਉਂਦੇ ਹਾਂ ਇਹਨਾਂ ਦੀ ਫਿਲਮ ਤੋਂ ਤੁਸੀਂ ਕੀ ਸਿੱਖਿਆ ਸੀ ਨਹੀਂ ਵਧੀਆ ਮਤਲਬ ਪੰਜਾਬੀ ਇੰਡਸਟਰੀ ਸਭ ਤੋਂ ਵੱਡੀ ਫਿਲਮ ਹੈ ਉਹ ਅਤੇ ਮੈਂ ਇਹ ਸਿੱਖਿਆ ਸੀ ਵੀ ਹਜੇ ਪੰਜਾਬੀ ਇੰਡਸਟਰੀ ਇੰਨਾ ਬਜਟ ਚੱਲਦੀ ਨਹੀਂ ਨਿੱਕਾ ਜ਼ੈਲਦਾਰ 3 ਦੀ ਕਹਾਣੀ ਲਿਖ ਰਹੇ ਸੀਗੇ ਤੁਸੀਂ ਕੀ ਸੀਗਾ ਦਿਮਾਗ ਦੇ ਵਿੱਚ ਕੋਈ ਪ੍ਰੈਸ਼ਰ ਸੀਗਾ ਕਿ ਯਾਰ ਦੋ ਜਿਹੜੀਆਂ ਸੀਗੀਆਂ ਇੰਨੀਆਂ ਜ਼ਬਰਦਸਤ ਕਹਾਣੀਆਂ ਸੀਗੀਆਂ ਜਿਹੜੀ ਲੋਕਾਂ ਨੂੰ ਇੰਨੀਆਂ ਪਸੰਦ ਆਈਆਂ ਅਤੇ ਹੁਣ ਇਹ ਉਹਦੇ ਨਾਲ ਰਿਲੇਟ ਬਿਲਕੁਲ ਕਰਦੀ ਨਹੀਂ ਹੈਗੀ ਕਿਉਂਕਿ ਇਹ ਸੀਰੀਜ਼ ਹੈ ਅਤੇ ਕੀ ਦਿਮਾਗ 'ਚ ਪਹਿਲਾ ਪੁਆਇੰਟ ਸੀਗਾ ਕਿ ਕਿਸ ਨੂੰ ਲੈ ਕੇ ਕਿੱਦਾਂ ਕਹਾਣੀ ਲਿਖਣੀ ਐਕਚੁਲੀ ਅਸੀਂ ਨਿੱਕਾ ਜ਼ੈਲਦਾਰ ਵਾਸਤੇ ਪਹਿਲਾਂ ਸਾਡੇ ਕੋਲ ਇੱਕ ਹੋਰ ਕਹਾਣੀ ਸੀਗੀ ਅਤੇ ਫਿਰ ਗਿਆਨੀ ਬਾਈ ਇਹਨਾਂ ਦਾ ਜਿਹੜਾ ਇਹ ਆਈਡੀਆ ਸੀਗਾ ਇਹ ਇੱਕ ਡਿਫਰੈਂਟ ਸਬਜੈਕਟ ਸੀਗਾ ਇਹਨਾਂ ਕੋਲ ਹੈ ਨਾ ਅਤੇ ਐਂ ਸੀ ਡਿਸਕਸ ਕਰਦੇ ਰਹਿੰਦੇ ਹਾਂ ਵੀ ਕਿਸੇ ਨੂੰ ਕੋਈ ਆਈਡੀਆ ਆਵੇ ਤਾਂ ਇਹਨਾਂ ਨੇ ਉਹ ਜਦੋਂ ਆਈਡੀਆ ਸੁਣਾਇਆ ਤਾਂ ਮੈਨੂੰ ਲੱਗਿਆ ਕਿ ਉਸ ਆਈਡੀਆ ਤੋਂ ਇਹ ਨਿੱਕੇ ਲਈ ਜ਼ਿਆਦਾ ਬੈਟਰ ਹੈ ਅਤੇ ਪਹਿਲਾਂ ਸਟਾਰਟਿੰਗ 'ਚ ਅਸੀਂ ਉਹਨੂੰ ਇੱਕ ਡਿਫਰੈਂਟ ਫਿਲਮ ਦੇ ਅਕੋਰਡਿੰਗ ਹੀ ਮਤਲਬ ਡਿਵੈਲਪ ਕੀਤਾ ਸੀਗਾ ਦੈਨ ਫਿਰ ਹੌਲੀ 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 ਸਾਨੂੰ ਲੱਗਦਾ ਰਿਹਾ ਕਿ ਨਹੀਂ ਯਾਰ ਇਹ ਨਿੱਕਾ ਮੱਚ ਬੈਟਰ ਹੈ ਵੀ ਜੇ ਆਪਾਂ ਇਹਨੂੰ ਉੱਧਰ ਲੈ ਜਾਈਏ ਤਾਂ ਦੈਨ ਫਿਰ ਅਸੀਂ ਉਹਨੂੰ ਇੱਧਰ ਮੋਲਡ ਕਰਦਾ ਤੁਹਾਨੂੰ ਹਮੇਸ਼ਾ ਹਸਾਉਂਦੇ ਰਹਿੰਦੇ ਆ ਜਾਂ ਇਹ ਜਿਹੜੇ ਇਹਨਾਂ ਨੇ ਰੱਖੇ ਹੋਏ ਤੋਂ ਡਰਾਉਂਦੇ ਵੀ ਹੈ ਨਹੀਂ ਨਹੀਂ ਸਾਡਾ ਬਹੁਤ ਵਧੀਆ ਹੈ ਨਾ ਇਹ ਮੈਂ ਇਹਨਾਂ ਦੇ ਲੁੱਕ ਤੋਂ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਇਹ ਮੇਰੇ ਤੋਂ ਵੱਡੇ ਹੈ ਅਤੇ ਮੈਂ ਇਹਨਾਂ ਨੂੰ ਬਹੁਤ ਇੱਜ਼ਤ ਦਿੰਦਾ ਸੀ ਅਤੇ ਹੁਣ ਮੈਨੂੰ ਪਤਾ ਲੱਗਿਆ ਮੇਰੇ ਤੋਂ ਛੋਟੇ ਹੈ ਮਤਲਬ ਉਹਦਾ ਛੋਟੇ ਹੈ ਪਰ ਐਕਸਪੀਰੀਅੰਸ 'ਚ ਕਹਿ ਸਕਦੇ ਹਾਂ ਵੱਡੇ ਦੇਖੋ ਹਰੇਕ ਡਿਪਾਰਟਮੈਂਟ ਦਾ ਆਪਣਾ ਆਪਣਾ ਐਕਸਪੀਰੀਅੰਸ ਹੁੰਦਾ ਜ਼ਰੂਰੀ ਨਹੀਂ ਹੈ ਵੀ ਤੁਸੀਂ ਵੀ ਉਹ ਮਹਿਕਮੇ 'ਚੋਂ ਤਾਂ ਉਹ ਹੈ ਜੱਗੀ ਬਾਈ ਦਾ ਐਕਸਪੀਰੀਅੰਸ ਉਹਨਾਂ ਦੇ ਸ਼ਬਦਾਂ ਦੇ ਉਹਨਾਂ ਦਾ ਬੇਸਿਕਲੀ ਜੱਗੀ ਬਾਈ ਉਸ ਬੈਕਗਰਾਊਂਡ ਤੋਂ ਹੈ ਜਿੱਥੇ ਮੈਂ ਕਹਿੰਦਾ ਵੀ ਇੱਕ ਥੱਲੋਂ ਰਹਿ ਕੇ ਤੁਸੀਂ ਦੁਨੀਆ ਦੇ ਹਰੇਕ ਚੀਜ਼ ਦੇਖ ਸਕਦੇ ਜਦੋਂ ਤੁਸੀਂ ਹਾਈਟ 'ਤੇ ਹੁੰਦੇ ਪਤਾ ਨਹੀਂ ਮੈਨੂੰ ਨਹੀਂ ਪਤਾ ਕੀ ਕਹਿਣਾ ਚਾਹੀਦਾ ਪਰ ਇਹ ਬੰਦਾ ਬਹੁਤ ਘੈਂਟ ਹੈ ਬੰਦਾ ਬਿਲਕੁਲ ਜੀ ਤੁਹਾਡੀ ਵਿਜ਼ਨ ਅਸੀਂ ਕਿਸਮਤ ਫਿਲਮ ਤੋਂ ਦੇਖ ਚੁੱਕੇ ਹਾਂ ਕਿਸਮਤ ਫਿਲਮ ਤੋਂ ਬਾਅਦ ਡਾਇਰੈਕਸ਼ਨ ਤੋਂ ਬਾਅਦ ਕਹਾਣੀ ਦੀ ਅੱਜ ਕੱਲ੍ਹ ਕਈ ਪੰਜਾਬੀ ਫਿਲਮਾਂ ਦੇਖੀਆਂ ਨਾ ਤਾਂ ਕਹਾਣੀ ਸਟਰੋਂਗ ਹੁੰਦੀ ਹੈ ਬਟ ਉਹਨੂੰ ਪ੍ਰੈਜੈਂਟ ਕਰਨ ਦੇ ਵਿੱਚ ਨਾ ਕਿਤੇ ਚੁੱਕਦਾ ਹੈ ਬੋਲੀਵੁੱਡ ਹਾਲੇ ਵੀ ਅਤੇ ਹੁਣ ਜਿਹੜੀ ਤੁਹਾਡੀ ਕਹਾਣੀ ਸੀਗੀ ਉਹਨੂੰ ਪ੍ਰੈਜੈਂਟ ਕਰਨ ਦੇ ਵਿੱਚ ਵੀ ਤੁਹਾਡਾ ਕਿਉਂਕਿ ਡਾਇਰੈਕਸ਼ਨ ਪੁਆਇੰਟ ਆਫ ਵਿਊ ਤਾਂ ਹੈਗਾ ਹੀ ਹੈ ਕਿੰਨਾ ਕੁ ਹੱਥ ਹੈ ਕਿ ਇਹ ਪ੍ਰੈਜੈਂਟ ਚੰਗੀ ਤਰ੍ਹਾਂ ਹੋਈ ਹੋਵੇ ਜਿਹੜਾ ਲਿਖਿਆ ਗਿਆ ਪੇਪਰਾਂ ਦੇ ਉੱਤੇ ਉਹ ਸਿਨੇਮਾ ਘਰਾਂ ਦੇ ਵਿੱਚ ਚੰਗੀ ਤਰੀਕੇ ਨਾਲ ਦਿਖੇ
ਨਹੀਂ ਐਕਚੁਅਲੀ ਮੈਮ ਮੈਂ ਜਿਵੇਂ ਕਿਸਮਤ ਦਾ ਡਾਇਰੈਕਟ ਕੀਤੀ ਸੀ ਹੈ ਨਾ, ਬਟ ਜਿਹੜੀ ਫਿਲਮ ਮੈਂ ਐਜ਼ ਏ ਰਾਈਟਰ ਕਰਦਾ ਨਾ, ਮੈਂ ਉਸ ਪੁਆਇੰਟ ਮਤਲਬ ਮਹਿਕਮੇ 'ਚ ਇੰਟਰਫੇਅਰ ਨਹੀਂ ਕਰਦਾ। ਹੁਣ ਵੀ ਤੁਸੀਂ ਦੇਖ ਰਹੇ ਹੋਗੇ ਕਿ ਸ਼ੂਟ ਉੱਧਰ ਚੱਲ ਰਿਹਾ ਔਰ ਆਪਾਂ ਆਰਾਮ ਨਾਲ ਥੋੜ੍ਹਾ ਲੇਟ ਹੀ ਆਈਦਾ, ਪਹਿਲਾਂ ਜਾਈਦਾ ਹੈ ਨਾ, ਕਿਉਂਕਿ ਉਹ ਇੱਕ ਡਾਇਰੈਕਟਰ ਹੈ, ਹਰ ਬੰਦੇ ਦਾ ਡਿਫਰੈਂਟ ਵਿਜ਼ਨ ਹੈ ਨਾ। ਮਤਲਬ ਆਪਾਂ ਜੇ ਕੱਪੜੇ ਦੀ ਦੁਕਾਨ 'ਤੇ ਵੀ ਜਾਈਏ ਤਾਂ ਹਰ ਚਾਹੇ 100 ਬੰਦਿਆਂ ਨੂੰ ਭੇਜ ਦਿਓ, ਆਪਦੇ ਹਿਸਾਬ ਨਾਲ ਖਰੀਦੂਗਾ ਔਰ ਕੋਈ ਗਲਤ ਨਹੀਂ ਹੁੰਦਾ, ਹਰ ਦਾ ਇੱਕ ਆਪਣਾ ਪੁਆਇੰਟ ਆਫ ਵਿਊ ਹੈ। ਸੋ ਮੈਨੂੰ ਲੱਗਦਾ ਕਿ ਡਾਇਰੈਕਟਰ 'ਤੇ ਟਰੱਸਟ ਕਰਨਾ ਚਾਹੀਦਾ। ਇੱਕ ਵਾਰੀ ਉਹਨੂੰ ਤੁਸੀਂ ਨਰੇਟ ਕਰ ਦਿਓ, ਸੁਣਾ ਦਿਓ ਕਿ ਆਹ ਸਕ੍ਰਿਪਟ ਹੈ, ਆਹ ਸੋਚ ਹੈ, ਦੈਨ ਉਹਨੂੰ ਪਰਸਿਊ ਕਰਨ ਦੇਣਾ ਚਾਹੀਦਾ। ਤੁਹਾਡਾ ਬੜਾ ਵਧੀਆ ਜੋ ਕੋਂਬੀਨੇਸ਼ਨ ਹੈ ਤੁਹਾਡਾ ਅਤੇ ਐਮੀ ਵਿਰਕ ਦਾ, ਇਹ ਬਣਿਆ ਰਹੇ ਅਤੇ ਕਿੰਨੀ ਫਿਲਮਾਂ 'ਚ ਅੱਗੇ ਹੋਰ ਸਾਨੂੰ ਦੇਖਣ ਨੂੰ ਮਿਲੇਗਾ? ਇਹ ਸਾਡਾ ਜੀ ਆਹ ਜਿਹੜੀ ਹੈਗੀ ਨਿੱਕਾ ਜੈਲਦਾਰ 3, ਇਹ ਸਾਡੀ 5ਵੀਂ ਫਿਲਮ ਹੈ। ਮਤਲਬ ਗੁੱਡੀਆਂ ਪਟੋਲੇ ਐਜ ਏ ਪ੍ਰੋਡਿਊਸਰ 6ਵੀਂ ਫਿਲਮ ਹੈ ਉਹਨਾਂ ਨਾਲ, ਹੈ ਨਾ। ਅਤੇ ਇਸ ਤੋਂ ਬਾਅਦ ਹੁਣ 2 ਫਿਲਮਾਂ ਅਸੀਂ ਫੇਰ ਕਰ ਰਹੇ ਹਾਂ, ਤਾਂ 8 ਫਿਲਮਾਂ ਹੋ ਜਾਣਗੀਆਂ। ਉਹ 2 ਫਿਲਮਾਂ ਬਾਰੇ ਕੀ ਦੱਸਣਾ ਚਾਹੋਗੇ? ਉਹਨਾਂ 'ਚੋਂ ਜੀ ਇੱਕ ਤਾਂ ਅਸੀਂ ਸਕ੍ਰਿਪਟ ਸਟੇਜ 'ਤੇ ਹੈ ਹਜੇ, ਨੋਟ ਸ਼ੋਰ, ਮਤਲਬ ਆਲਮੋਸਟ ਕਿਸਮਤ ਦੀ ਜਿਹੜੀ ਸਾਰੀ ਟੀਮ ਹੈ, ਜਾਨੀ, ਬਿਬਰੈਕ, ਹੈ ਨਾ, ਸਰਗੁਣ, ਸੇਮ ਸੇਮ ਗਰੁੱਪ ਨਾਲ ਹੀ ਫਿਲਮ ਹੈ, ਬਟ ਹਜੇ ਅਸੀਂ ਸ਼ੋਰ ਨਹੀਂ ਗੇ ਕਿ ਉਹ ਫਿਲਮ ਨੂੰ ਅਸੀਂ ਕਿਸਮਤ 2 ਦਾ ਨਾਮ ਦਈਏ ਜਾਂ ਨਾ ਦਈਏ। ਤਾਂ ਉਹ ਥੋੜ੍ਹੀ ਸਕ੍ਰਿਪਟਿੰਗ ਲੈਵਲ 'ਤੇ ਹੈ ਕਿ ਜੇ ਉਹ ਉਸ ਸਟਾਈਲ ਦੀ ਜਾਂ ਉਸ ਫਿਲਮ ਦੀ ਕੈਟੇਗਰੀ ਦੀ ਸ਼ੇਪ ਲੈ ਲੈਂਦੀ ਹੈ, ਦੈਨ ਮਾਈਟ ਬੀ ਕਿਸਮਤ 2, ਨਹੀਂ ਤਾਂ ਫਿਰ ਕੋਈ ਹੋਰ ਟਾਈਟਲ। ਅਤੇ ਨਿੱਕਾ ਜੈਲਦਾਰ 3 ਤੋਂ ਜਿਹੜੀਆਂ ਤੁਹਾਡੀਆਂ ਉਮੀਦਾਂ ਨੇ ਉਹ ਪੂਰੀਆਂ ਹੋਣ, ਫਿਰ ਦਰਸ਼ਕਾਂ ਦੀ ਹੋਣ, ਅਤੇ ਸ਼ੋਟ ਮੇਰੇ ਖਿਆਲ ਨਾਲ ਰੈਡੀ ਹੈ। ਅਸੀਂ ਇੱਥੇ ਦੇਖ ਰਹੇ ਹਾਂ ਕਿ ਇੱਕ ਇੱਕ ਸ਼ੋਟ ਦੇ ਲਈ ਕਿੰਨੀ ਮਿਹਨਤ ਕੀਤੀ ਜਾਂਦੀ ਹੈ, ਪਰ ਜਿਹੜੇ ਆਪਣੇ ਸ਼ੋਟ ਦੇ ਲਈ ਵੇਟ ਕਰ ਰਹੇ ਨੇ ਉਹਨੇ ਬਨਿੰਦਰ ਬੰਨੀ ਜੀ ਇੱਥੇ ਜੀਪ 'ਚ ਬੈਠੇ ਫੜਨ ਲੱਗਿਆ ਉਹਨਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, 10 ਫਿਲਮਸ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੇ ਚਾਚਾ ਜੀ ਵੀ ਨਾਲ ਬੈਠੇ, ਉਹਨਾਂ ਨੂੰ ਆਵਾਜ਼ ਮਾਰ ਲੈਣੀ ਸੀਗੀ, ਡਰਦੇ? ਓਕੇ ਭਾਅ ਜੀ ਆ ਜਾਓ ਜੀ, ਬੈਠੋ ਭਤੀਜੋ, ਆ ਜਾਓ। ਇਹ ਤੁਹਾਡਾ ਜਿਹੜਾ ਫਿਲਮ ਦੇ ਵਿੱਚ ਕੰਬੀਨੇਸ਼ਨ ਹੈ ਨਾ, ਇਹ ਲੋਕਾਂ ਨੂੰ ਬੜਾ ਪਸੰਦ ਆਉਂਦਾ ਹੈ, ਤੇ ਇਹਦੇ ਵਿੱਚ ਕੀ ਵੱਖਰਾ ਦਿਖਾਉਣ ਜਾ ਰਹੇ ਹੋ? ਵੱਖਰਾ ਤਾਂ ਹੁਣ ਦੇਖ ਕੇ ਪਤਾ ਚੱਲੂ, ਪਰ ਅਸੀਂ ਕੋਸ਼ਿਸ਼ ਕਰੀਦੀ ਹੈ ਵੀ ਕੁਝ ਵੱਖਰਾ ਕਰੀਏ। ਇਸ ਵਾਰ ਵੀ ਸਾਡੇ ਕਰੈਕਟਰ ਵੱਖਰੇ ਨੇ, ਮੇਰਾ ਤੇ ਸੁੱਖੀ ਭਾਜੀ ਦਾ, ਸਾਡੀ ਅੱਛੀ ਟਿਊਨਿੰਗ ਚਾਚੇ ਭਤੀਜੇ ਜੀ, ਅਸੀਂ ਬਹੁਤ ਪਿਆਰ ਕਰਦੇ ਹਾਂ ਆਪਣੇ ਬਾਪੂ ਨੂੰ। ਸੋ ਬਾਕੀ ਤਾਂ ਚਲੋ ਠੀਕ ਹੈ, ਬਾਕੀ ਤਾਂ ਤੱਤ ਪੜਾ ਤਲੀ ਹੈ, ਪਰ ਸਾਡਾ ਬਹੁਤ ਪਿਆਰ ਆ ਆਪਣੇ ਸੋਈ ਸਾਹਿਬ ਨਾਲ, ਆਪਣੇ ਬਾਪੂ ਜੀ ਨਾਲ। ਅਸਲ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਨਾ ਅੱਜ ਕੱਲ੍ਹ ਪਿੱਛੇ ਪੈਂਦੇ ਨੇ, ਅਤੇ ਜਦੋਂ ਸਿਨੇਮਾ ਦੇ ਥਰੂ ਉਹਨਾਂ ਰਿਸ਼ਤਿਆਂ ਦੀ ਗੱਲ ਕੀਤੀ ਜਾਂਦੀ ਹੈ ਨਾ, ਉਹ ਕਿਵੇਂ ਦੀ ਫੀਲਿੰਗ ਹੁੰਦੀ ਹੈ? ਐਕਚੁਲੀ ਸਿਨੇਮਾ ਇੱਕ ਐਸੀ ਚੀਜ਼ ਹੈ ਜੋ ਅੱਛੀ ਚੀਜ਼ ਅਗਰ ਦੇਵੇ ਤਾਂ ਲੋਕ ਉਹਨੂੰ ਮੰਨਦੇ ਆ, ਹੈ ਨਾ। ਅਤੇ ਪੰਜਾਬੀ ਫਿਲਮਾਂ ਜਿਵੇਂ ਹੁਣ ਬਣ ਰਹੀਆਂ, ਖਾਸ ਕਰ ਜਿਵੇਂ ਨਿੱਕਾ ਜੈਲਦਾਰ ਸਾਡੀ ਫਿਲਮ ਬਣ ਰਹੀ ਆ, ਇਹ 'ਚ ਉਹਨਾਂ ਰਿਸ਼ਤਿਆਂ ਨੂੰ ਦਿਖਾਇਆ ਜਾ ਰਿਹਾ ਜੇ ਰਿਸ਼ਤੇ ਸਾਡੇ ਅਸੀਂ ਮਿਸ ਕਰ ਰਹੇ ਹਾਂ ਆਪਣੀ ਜ਼ਿੰਦਗੀ 'ਚ, ਜਾਂ ਜਿਨ੍ਹਾਂ ਨੂੰ ਅਸੀਂ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਜਿਹੜੀ ਜਨਰੇਸ਼ਨ ਹੁਣ ਆਈ ਆ ਉਹਦੀ ਫੀਲਿੰਗਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਤਾਂ ਅਸੀਂ ਕਈ ਵਾਰ ਆਪਣੀ ਚੀਜ਼ਾਂ ਥੋਪ ਦਿੰਦੇ ਨੇ, ਅਤੇ ਇਹ 'ਚ ਸ਼ਾਇਦ ਉਹ ਦਿਖਾਉਣ ਦੀ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਆ। ਕੀ ਐਸਾ ਜਿਹੜਾ ਨਵਾਂ ਤੜਕਾ ਹੈ ਥ੍ਰੀ ਜਿਹੜੀ ਥਰਡ ਸੀਰੀਜ਼ ਉਹਦੇ ਵਿੱਚ ਲੱਗਿਆ? ਹਿਊਮਰ ਇਹਨਾਂ ਜ਼ਿਆਦਾ ਹੈ, ਲੇਕਿਨ ਸਿਚੁਏਸ਼ਨਲ, ਕੋਈ ਵੀ ਐਕਟਰ ਕਾਮੇਡੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਤੁਹਾਨੂੰ ਸਿਚੁਏਸ਼ਨ ਆਪਣੇ ਆਪ ਹਸਾਏਗੀ। ਹਾਂ, ਸਿਚੁਏਸ਼ਨਲ ਕਾਮੇਡੀ ਹੈ, ਬਹੁਤ ਖੂਬਸੂਰਤ ਕਾਮੇਡੀ ਆ ਇਹ ਫਿਲਮ। ਉਸ ਲੈਵਲ ਦੀ ਜਿਵੇਂ ਕਿਸੇ ਜ਼ਮਾਨੇ 'ਚ ਨਾ ਹਿੰਦੀ ਫਿਲਮਾਂ 'ਚ ਆਪਣਾ ਰਿਸ਼ੀਕੇਸ਼ ਮੁਖਰਜੀ ਦੀਆਂ ਫਿਲਮਾਂ ਹੁੰਦੀਆਂ ਸੀ ਨਾ, ਚੁਪਕੇ ਗੁੱਡੀ, ਵੈਸਾ ਹਿਊਮਰ ਇਹਦੇ 'ਚ। ਤੁਸੀਂ ਇਹ ਜੀਪ ਲੈ ਕੇ ਕਿਤੇ ਚੱਲੇ ਹੋ ਕਿ ਜੀਪ ਲੈ ਕੇ ਆਉਂਦੇ ਇੱਥੇ? ਸਾਡੀ ਵੈਨਿਟੀਜ਼ ਦੂਰ ਖੜੀਆਂ, ਖੇਤਾਂ 'ਚ ਆ ਨਹੀਂ ਸਕਦੇ, ਅਸੀਂ ਜੀਪ ਨੂੰ ਵੈਨਿਟੀ ਬਣਾਇਆ ਹੋਇਆ, ਅਸੀਂ ਜੀਪ ਦਾ ਫਾਇਦਾ ਉਠਾ ਰਹੇ ਹਾਂ ਐਕਚੁਅਲੀ, ਅਤੇ ਨਾਲ ਠੰਡੀ ਠੰਡੀ ਹਵਾ ਲੈ ਰਹੇ ਹਾਂ, ਨਾਲੇ ਗੰਨੇ ਆ, ਗੰਨਿਆਂ ਦਾ ਖੇਤ ਆ ਪੂਰਾ, ਜਾ ਰਹੇ ਗੰਨੇ ਚੁੱਪਣ, ਮੂਡ ਬਣਾ ਰਹੇ, ਚਾਹ ਪੀਤੀ ਆ, ਉਹ ਥੋੜ੍ਹੀ ਜਿਹੀ ਅੰਦਰ ਚੱਲ ਜਾਵੇ, 15-20 ਮਿੰਟ ਤੱਕ ਅਸੀਂ ਗੰਨਾ ਚੁੱਪਾਂਗੇ। ਲੋਕਾਂ ਨੂੰ ਬਹੁਤ ਉਮੀਦਾਂ ਨੇ, ਕਿਉਂਕਿ ਜਦੋਂ ਪੰਜਾਬ ਦੇ ਵਿੱਚ ਇਹੋ ਜਿਹੀਆਂ ਫਿਲਮਾਂ ਦੇਖਣ ਨੂੰ ਮਿਲਦੀਆਂ ਨਾ, ਕਿ ਇੱਕ ਤੋਂ ਬਾਅਦ ਇੱਕ ਸੀਰੀਜ਼ ਹੈ, ਉਹ ਬਹੁਤ ਇੱਕ ਵੇਟ ਵਾਲੀ ਗੱਲ ਹੈ। ਸਹੀ ਗੱਲ ਹੈ ਜੀ, ਦੇਖੋ ਇਹ ਆਈ ਥਿੰਕ ਨਹੀਂ, ਆਈ ਐਮ ਸ਼ੋਰ ਕਿ ਤੀਜੀ ਫਸਟ ਫਿਲਮ ਹੈ ਪੰਜਾਬੀ ਜਿਹਦਾ ਥਰਡ ਪਾਰਟ ਬਣ ਰਿਹਾ, ਅਤੇ ਸਭ ਤੋਂ ਪਹਿਲਾਂ ਸਟੇਟਸ ਵੀ ਮੈਂ ਹੀ ਪਾਇਆ ਸੀ ਇਹ ਕਿ ਫਸਟ ਪੰਜਾਬੀ ਫਿਲਮ ਹੈ ਜਿਹਦਾ ਥਰਡ ਪਾਰਟ ਬਣ ਲੱਗਾ। ਸੋ ਆਈ ਐਮ ਲੱਕੀ ਟੂ ਬੇ ਪਾਰਟ ਆਫ ਦਿਸ ਸੀਰੀਜ਼। ਮੈਂ 3 ਫਿਲਮ 'ਚ ਸੀ, ਸੁੱਕੀ ਭਾਅ ਜੀ ਨੇ ਦੂਜੀ ਮਿਸ ਕੀਤੀ, ਪਰ ਮੈਂ 3 ਫਿਲਮ ਲੱਕੀ ਹੋ। ਸਾਰੀ ਟੀਮ ਨੂੰ ਮੇਰੇ ਵੱਲੋਂ ਬੈਸਟ ਵਿਸ਼ਿਜ਼, ਦਰਸ਼ਕਾਂ ਦੀ ਕਸੌਟੀ 'ਤੇ ਅਸੀਂ ਖਰਾ ਉਤਰਾਂਗੇ, ਸਾਨੂੰ ਪੂਰੀ ਉਮੀਦ ਹੈ। ਅਤੇ 10 ਫਿਲਮਸ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੁਣ ਅਸੀਂ ਬੈਠ ਗਏ ਹਾਂ ਇੱਥੇ ਮੰਜੇ 'ਤੇ, ਅਤੇ ਸਾਡੇ ਨਾਲ ਇੱਥੇ ਨਿੱਕਾ ਜੈਲਦਾਰ 3 ਦੇ 2 ਬੜੇ ਅਹਿਮ ਕਿਰਦਾਰ ਜਿਹੜੇ ਨਿਭਾਰੇ ਨੇ ਉਹ ਬੈਠੇ ਨੇ, ਜਗਦੀਪ ਰੰਧਾਵਾ ਜੀ ਅਤੇ ਕਾਕਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੰਨੇ ਕੁ ਐਕਸਾਈਟਿਡ ਹੋਏ, ਸ਼ੂਟਿੰਗ ਚੱਲ ਰਹੀ ਹੈ ਇੱਥੇ ਨਿੱਕਾ ਜੈਲਦਾਰ 3 ਦੀ, ਕੀ ਚੱਲ ਰਿਹਾ ਮਨ 'ਚ?
ਕਾਫੀ ਦਿਨਾਂ ਬਾਅਦ ਆਊਟਡੋਰ ਤੁਸੀਂ ਆਸੇ ਪਾਸੇ ਦੇਖ ਸਕਦੇ ਹੋ ਕਿ ਗੰਨੇ ਦੇ ਖੇਤ ਨੇ ਤੇ ਮੌਸਮ ਵੀ ਬੜਾ ਅੱਛਾ ਹੋਇਆ ਹੈ ਤੇ ਕਾਫੀ ਐਕਸਾਈਟਡ ਹੈ ਜੀ ਤੇ ਮੌਸਮ ਤੇ ਵਧੀਆ ਹੈਗਾ ਜੀ ਰੰਧਾਵਾ ਜੀ ਗੱਲ ਕਰੀਏ ਤੇ ਪੰਜਾਬ ਦੀ ਜਿਹੜੀ ਮਿੱਟੀ ਦੀ ਮਹਿਕ ਹੈ ਨਾ ਇੱਥੇ ਬੈਠਿਆਂ ਨੂੰ ਆਉਂਦੀ ਪਈ ਹੈ ਤੇ ਤੁਹਾਨੂੰ ਲੋਕ ਵੈਸੇ ਵੀ ਤੁਹਾਡੇ ਸੋਸ਼ਲ ਕੰਮਾਂ ਦੇ ਕਰਕੇ ਬਹੁਤ ਜਾਣਦੇ ਨੇ ਅੱਜ ਜਦੋਂ ਐਸੀਆਂ ਫਿਲਮਾਂ ਬਾਲੀਵੁੱਡ ਨੂੰ ਦੇਖਣ ਨੂੰ ਮਿਲਦੀਆਂ ਕਿਵੇਂ ਦੀ ਫੀਲਿੰਗ ਹੈ ਹਾਂਜੀ ਬਹੁਤ ਵਧੀਆ ਨਜ਼ਾਰਾ ਆ ਰਿਹਾ ਜੀ ਬਹੁਤ ਵਧੀਆ ਸੀਨ ਹੈ ਇੱਥੇ ਜਿੰਨੇ ਵੀ ਆਪਾਂ ਅਸੀਂ ਇਕੱਠੇ ਹੋਏ ਹਾਂ ਸਾਰੇ ਯਾਰ ਮਿੱਤਰਾਂ ਵਾਂਗੂ ਰਹਿੰਦੇ ਹਾਂ ਬਹੁਤ ਵਧੀਆ ਇੱਥੇ ਫਿਲਮ 'ਤੇ ਜਿਹੜੀ ਹੈਗੀ ਆ ਸਾਰੀ ਟੀਮ ਆ ਅਤੇ ਇਹ ਲੋਕਾਂ ਨੂੰ ਇੱਕ ਬਹੁਤ ਵਧੀਆ ਮੈਸੇਜ ਲੈ ਕੇ ਆਊ ਫਿਲਮ ਅਤੇ ਉਹ ਸਾਰਿਆਂ ਨੇ ਸਿਨੇਮਾ ਘਰਾਂ 'ਚ ਜਾ ਕੇ ਦੇਖਣਾ ਉੱਥੇ ਹੀ ਪਤਾ ਲੱਗੂਗਾ ਵੀ ਕੀ ਚੀਜ਼ ਬਣੀ ਹੈ ਹਾਂਜੀ ਬਿਲਕੁਲ ਜੀ ਅਤੇ ਇਹ ਕੀ ਕਿਵੇਂ ਦਾ ਕਿਰਦਾਰ ਹੈ ਤੁਹਾਡਾ ਅਤੇ ਕੀ ਦੇ ਕੇ ਜਾਏਗਾ ਲੋਕਾਂ ਨੂੰ ਕਿਵੇਂ ਛਾਪ ਛੱਡੇਗਾ ਕਿਰਦਾਰ ਤਾਂ ਜੀ ਹੁਣ ਇੱਥੇ ਤੁਹਾਨੂੰ ਕੀ ਦੱਸੀਏ ਜੀ ਫਿਰ ਕਿਸੇ ਨੇ ਸਿਨੇਮੇ 'ਚ ਨਹੀਂ ਜਾਣਾ ਵੀ ਰੰਧਾਵੇ ਤਾਂ ਦੇਖ ਲਿਆ ਇਹ ਸਿਨੇਮੇ 'ਚ ਹੀ ਪਤਾ ਲੱਗੂ ਜੀ ਹਾਂ ਗੱਲ ਤਾਂ ਇਹ ਹੈ ਜੀ ਸਾਡੇ ਡਾਇਰੈਕਟਰ ਸਾਹਿਬ ਨੇ ਸਿਮਰ ਸਰ ਸਾਨੂੰ ਪੂਰਾ ਵੀ ਬਰਡਨ ਨਹੀਂ ਹੈ ਅਸੀਂ ਜਦੋਂ ਦੇ ਆਏ ਹਾਂ ਰੋਜ਼ ਹੱਸ ਰਹੇ ਹਾਂ ਖੇਡ ਰਹੇ ਹਾਂ ਬੜਾ ਕਾਮਲੀ ਵਰਕ ਹੋ ਰਿਹਾ ਅਤੇ ਓਡਾ ਹੀ ਅੱਛਾ ਪ੍ਰੋਡਕਟ ਤੁਹਾਡੇ ਸਾਹਮਣੇ ਆਊਗਾ ਨਿੱਕਾ ਜੈਲਦਾਰ 3 ਦੇ ਰੂਪ ਵਿੱਚ ਕਿਉਂਕਿ ਫਸਟ ਵੀ ਲੋਕਾਂ ਨੇ ਦੇਖੀ ਹਿੱਟ ਗਈ ਸੈਕਿੰਡ ਸੁਪਰ ਹਿੱਟ ਗਈ ਅਤੇ ਸੁਪਰ ਡੁਪਰ ਹਿੱਟ ਜਾਣੀ ਹੈ ਬਹੁਤ ਅੱਛਾ ਕੰਸੈਪਟ ਹੈਗਾ ਤੁਹਾਡਾ ਇੱਕ ਇਸ ਚੀਜ਼ ਬਾਰੇ ਕੀ ਕਹਿਣਾ ਕਿ ਜਿਹੜਾ ਦੇਸੀ ਟੱਚ ਹੈ ਨਾ ਉਹ ਪੰਜਾਬੀ ਫਿਲਮਾਂ 'ਚ ਜਦੋਂ ਦਿੱਤਾ ਜਾਂਦਾ ਤਾਂ ਆਡੀਅੰਸ ਨੂੰ ਕਿੰਨਾ ਕੁ ਚੰਗਾ ਲੱਗਦਾ ਹਾਂਜੀ ਬਹੁਤ ਵਧੀਆ ਲੱਗਦਾ ਜੀ ਅਗਲੇ ਨੂੰ ਐਂ ਲੱਗਦਾ ਵੀ ਮੇਰੀ ਗੱਲ ਹੋ ਰਹੀ ਹੈ ਮੇਰੇ ਵਾਂਗੂ ਇਹ ਖੇਤ 'ਚ ਫਿਰਦਾ ਗਾ ਅਗਲੇ ਨੂੰ ਵਧੀਆ ਲੱਗਦਾ ਗਾ ਜਦੋਂ ਆਪਾਂ ਉੱਤੇ ਦੇਖਦੇ ਹਾਂ ਵੀ ਉਹ ਕਾਰਾਂ ਜੀਪਾਂ ਭੰਨੀ ਜਾਂਦੇ ਜਾਂ ਤਾਂ ਅਗਲੇ ਨੂੰ ਐਂ ਲੱਗਦਾ ਵੀ ਇਹ ਅਜੀਬ ਜਿਹਾ ਕੰਮ ਆ ਜਦੋਂ ਆਪਾਂ ਉਹਨਾਂ ਵਾਲਾ ਟੱਚ ਹੀ ਹਾਂ ਜਿਹੜੇ ਜਿੱਥੇ ਲੋਕ ਜਿਵੇਂ ਰਹਿੰਦੇ ਆ ਅਤੇ ਉਹ ਵਧੀਆ ਮਹਿਸੂਸ ਹੁੰਦਾ ਜੀ ਤੁਸੀਂ ਇੱਥੇ ਖੇਤ 'ਚ ਆਏ ਇੰਟਰਵਿਊ ਲੈਣ ਨਹੀਂ ਅਗਲਾ ਕਿਹੜਾ ਹੁੰਦਾ ਐਡੀ ਦੂਰ ਬੜਾ ਮਜ਼ਾ ਆ ਰਿਹਾ ਖੇਤ ਦੇਖ ਕੇ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਅਤੇ ਬਾਕੀ ਜ਼ਰੂਰ ਦੇਖਣ ਜਾਣ ਸਿਨੇਮੇ ਘਰਾਂ 'ਚ ਦਰਸ਼ਕ ਆਪਣੇ ਅਤੇ ਬਸ ਨਜ਼ਾਰਾ ਜੀ ਇੱਥੇ ਦੋ ਸ਼ਖਸ ਖੜ੍ਹੇ ਨੇ ਅਤੇ ਬੜੀ ਡੀਪ ਜਿਹੜੀ ਡਿਸਕਸ਼ਨ ਹੈ ਨਾ ਉਹ ਔਨ ਹੋਈ ਹੋਈ ਹੈ ਇੱਥੇ ਕਿਉਂਕਿ ਇੱਥੇ ਪ੍ਰੋਡਿਊਸਰ ਸਾਹਿਬ ਜੀ ਖੜ੍ਹੇ ਨੇ ਦਾਅ ਫਿਲਮਸ ਦੇ ਸਾਰੇ ਵਿਊਜ਼ ਨੂੰ ਪਟਿਆਲਾ ਮੋਸ਼ਨ ਪਿਕਚਰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਵਨੀਤ ਸ਼ੇਰ ਸਿੰਘ ਜੀ ਸਾਰਿਆਂ ਨਾਲੋਂ ਪਹਿਲਾ ਸਵਾਲ ਨਾ ਰਮਨੀਤ ਜੀ ਆ ਰਹੇ ਰਮਨੀਤ ਰਮਨੀਤ ਸ਼ੇਰ ਸਿੰਘ ਹੈ ਨਾ ਪਹਿਲਾਂ ਤਾਂ ਸਾਰਿਆਂ ਨਾਲੋਂ ਪਹਿਲੇ ਇਹਨਾਂ ਨੂੰ ਇਹ ਸਵਾਲ ਬਣਦਾ ਕਿ ਤੁਸੀਂ ਸ਼ੇਰ ਹੋ ਗਏ ਨਿੱਕਾ 'ਤੇ ਪੈਸਾ ਲਾਤਾ ਨਿੱਕਾ 'ਤੇ ਸ਼ੁਰੂ ਤੋਂ ਹੀ ਲਾ ਰਹੇ ਹਾਂ ਜੀ ਦੋ ਪਹਿਲਾਂ 'ਤੇ ਲਾਤਾ ਇਹਦਾ ਫਿਰ ਵੀ ਥਰਡ ਪਾਰਟ ਹੈ ਹਾਂਜੀ ਅਤੇ ਤੁਸੀਂ ਵੱਖ ਵੱਖ ਕਿਰਦਾਰਾਂ ਨੂੰ ਇਹਦੇ ਵਿੱਚ ਲੈ ਕੇ ਆ ਰਹੇ ਹੋ ਅਸੀਂ ਦੇਖ ਰਹੇ ਹਾਂ ਕਿ ਇੱਥੇ ਜਿਹੜਾ ਕਲਾਈਮੈਕਸ ਦਾ ਸ਼ੋਟ ਚੱਲ ਰਿਹਾ ਉੱਥੇ ਬੜੀ ਜ਼ਬਰਦਸਤ ਸਟਾਰਕਾਸਟ ਹੈ ਚੰਗੇ ਚੰਗੇ ਬੰਦੇ ਚੁਣੇ ਹੋਏ ਹੈ ਇਹਨਾਂ ਨੂੰ ਵੀ ਤੁਸੀਂ ਚੁਣਿਆ ਹੈ ਸਿੰਗਿੰਗ ਤੋਂ ਤੁਸੀਂ ਐਕਟਿੰਗ ਦੇ ਵਿੱਚ ਹੁਣ ਡੈਬਿਊ ਕਰ ਰਹੇ ਹੋ ਇਹ ਕੀ ਸਬੱਬ ਬਣਿਆ ਸੀਗਾ ਤੁਸੀਂ ਕਿੱਥੋਂ ਇਹਨਾਂ ਨੂੰ ਕਲਿੱਕ ਕੀਤਾ ਦੇਖੋ ਪਹਿਲੀ ਗੱਲ ਤਾਂ ਇਹਨਾਂ ਨੇ ਥੀਏਟਰ ਵੀ ਬਹੁਤ ਕੀਤਾ ਹੋਇਆ ਜੀ ਪਹਿਲਾਂ ਆਪਦੀ ਕਾਲਜ ਲਾਈਫ 'ਚ ਵੀ ਕੀਤਾ ਬਾਅਦ 'ਚ ਵੀ ਕਰਦੇ ਰਹੇ ਨੇ ਬਾਹਰ ਵੀ ਇਹਨਾਂ ਨੇ ਓਵਰਸੀਜ਼ 'ਚ ਵੀ ਕਾਫੀ ਸ਼ੋਜ਼ ਕੀਤੇ ਨੇ ਬਾਕੀ ਸਾਡਾ ਭਾਈਚਾਰਾ ਇੰਨਾ ਗੂੜ ਹੈ ਜੀ ਫਿਰ ਇਹਨਾਂ ਨੂੰ ਤਾਂ ਲੈ ਕੇ ਆਉਣਾ ਸੀ ਅਸੀਂ ਹੈ ਨਾ ਅਤੇ ਅੱਗੇ ਵੀ ਨਾਲ ਹੀ ਰੱਬ ਸੁੱਖ ਰੱਖੇ ਸਾਰੇ ਪ੍ਰੋਜੈਕਟਸ ਇਕੱਠੇ ਹੀ ਕਰੀਏ ਹਾਂਜੀ ਸਿੰਗਿੰਗ ਤਾਂ ਚਲੋ ਇਹਨਾਂ ਨੇ ਪਹਿਲਾਂ ਨਾਮ ਕਮਾਇਆ ਹੀ ਹੈ ਹੁਣ ਅਤੇ ਵੈਸੇ ਵੀ ਪੱਗ 'ਚ ਲੋਕ ਨਾ ਪੈ ਜਾਣ ਤਾਂ ਤੁਹਾਡਾ ਗਾਣਾ ਹੋ ਜਾਏ ਸੇਮ ਟਾਈਮ ਸੇਮ ਜਗ੍ਹਾ ਅਗਲੇ ਉਹ ਦਿਨ ਫਿਰ ਮਰ ਜਾਣੀ ਆ ਕੇ ਛੱਤ 'ਤੇ ਖੜੀ ਓਏ 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 ਹਾਂ ਹਾਂ ਅੱਜ ਕਿਹੜੀ ਮਰ ਜਾਣੀ ਹੈ ਜਿਹੜੀ ਖੇਤਾਂ 'ਚ ਖੜੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਖੜੇ ਹੋ ਸਾਡੇ ਨਾਲ ਹਾਂਜੀ ਬਾਕੀ ਹੋਰ ਵੀ ਹੈਗੀਆਂ ਜੀ ਇੱਕ ਦੋ ਮਰ ਜਾਣੀਆਂ ਮੈਂ ਹਾਲੇ ਹੁਣੀ ਪਹੁੰਚਿਆ ਸ਼ੂਟ 'ਤੇ ਐਗਜੈਕਟਲੀ ਮੈਨੂੰ ਪਤਾ ਨਹੀਂ ਵੈਸੇ ਵਾਮਿਕਾ ਤਾਂ ਆਈ ਹੋਣੀ ਡੈਫੀਨੇਟਲੀ ਹੁਣ ਉਹਦਾ ਸ਼ਾਰਟ ਅੱਜ ਵਾਮਿਕਾ ਜੀ ਦਾ ਜਿਹੜੀ ਵਾਮਿਕਾ ਗੱਬੀ ਦੀ ਸਿਲੈਕਸ਼ਨ ਹੈ ਉਹ ਇਸ ਪ੍ਰੋਜੈਕਟ ਲਈ ਕਿਵੇਂ ਹੋਈ ਸੀਗੀ ਨਹੀਂ ਉਹਨਾਂ ਨੇ ਦੇਖੋ ਪਹਿਲਾਂ ਨਿੱਕਾ ਜ਼ੈਲਦਾਰ ਪਾਰਟ 2 'ਚ ਵੀ ਉਹਨਾਂ ਨੇ ਬੜਾ ਇੰਪੋਰਟੈਂਟ ਰੋਲ ਪਲੇਅ ਕੀਤਾ ਸੀ ਅਤੇ ਆਡੀਅੰਸ ਨੇ ਬਹੁਤ ਹੀ ਪਸੰਦ ਕੀਤਾ ਸੀ ਬਾਕੀ ਦੇਖੋ ਕਰੈਕਟਰ ਦੀ ਡਿਮਾਂਡ ਸੀ ਸਟੋਰੀ ਦੀ ਡਿਮਾਂਡ ਸੀ ਹੈ ਨਾ ਜਿਵੇਂ ਦਾ ਕਰੈਕਟਰ ਸੀ ਉਹ ਪ੍ਰੋਪਰ ਸੂਟ ਕਰਦੇ ਨੇ ਉਹ ਕਰੈਕਟਰ ਨੂੰ ਅਤੇ ਐਂ ਉਹਨਾਂ ਦੀ ਸਿਲੈਕਸ਼ਨ ਹੋਈ ਜੀ ਅਤੇ ਤੁਹਾਡਾ ਕਿਰਦਾਰ ਅਸੀਂ ਸੁਣਿਆ ਐਮੀ ਵਿਰਕ ਦੇ ਵੱਡੇ ਬ੍ਰਦਰ ਹੋ ਕਿੰਨਾ ਕੁ ਜ਼ੋਰ ਚਲਾ ਰਹੇ ਹੋ ਉਹਨਾਂ ਦੇ ਉੱਤੇ ਫਿਲਮ 'ਚ ਕਿ ਇਹ ਨਹੀਂ ਕਰਨਾ ਅਤੇ ਇਹ ਹੀ ਕਰਨਾ ਹਾਂਜੀ ਨਹੀਂ ਨਹੀਂ ਬਿਲਕੁਲ ਕਿਉਂਕਿ ਇਹ ਕਾਮੇਡੀ ਮੂਵੀ ਹੈ ਸੋ ਐਮੀ ਸਾਹਿਬ ਨੂੰ ਪਹਿਲਾਂ ਹੀ ਲੋਕਾਂ ਨੇ ਅਸੈਪਟ ਕੀਤਾ ਹੋਇਆ ਹੈ ਕਾਮੇਡੀ ਮੂਵੀਜ਼ ਦੇ ਵਿੱਚ ਅਤੇ ਮੇਰਾ ਜਿਹੜਾ ਕਿਰਦਾਰ ਹੈ ਉਹਨਾਂ ਦੇ ਵੱਡੇ ਬ੍ਰਦਰ ਦਾ ਸੋ ਮੈਂ ਵੀ ਉਹਦੇ ਵਿੱਚ ਕਈ ਥਾਂ 'ਤੇ ਉਹਨਾਂ ਦੀ ਖਿਚਾਈ ਕਰਦਾ ਕਈ ਜਗ੍ਹਾ ਦੇ ਉੱਤੇ ਸਾਡੀ ਇੱਕ ਦੂਜੇ ਨਾਲ ਨੋਕ ਝੋਕ ਹੈ ਜਿਹੜੀ ਤੁਸੀਂ ਫਿਲਮ ਦੇ ਵਿੱਚ ਕਿਉਂਕਿ ਮੈਂ ਉਸ ਤੋਂ ਪਹਿਲਾਂ ਦੱਸਣਾ ਨਹੀਂ ਚਾਹੁੰਦਾ ਜਿਹੜੇ ਪੰਚਿਸ ਨੇ ਜਿਹੜੇ ਡਾਇਲੋਗਸ ਨੇ ਹੈ ਨਾ ਜੀ ਸੋ ਮੈਨੂੰ ਲੱਗਦਾ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਜਿਹੜੇ ਸਾਡੇ ਡਾਇਲੋਗਸ ਨੂੰ ਸਾਡੇ ਜਿਹੜੇ ਪੰਚਿਸ ਹੋਣਗੇ ਉਹਨੂੰ ਜ਼ਰੂਰ ਲਾਈਕ ਕਰਨਗੇ ਦੇ ਦਾ
ਹੁਣ ਇੱਥੇ ਸਾਡੇ ਨਾਲ ਬੈਠੇ ਨੇ ਨਿਰਮਲ ਰਿਸ਼ੀ ਜੀ, ਜਿਨ੍ਹਾਂ ਦਾ ਸ਼ੋਰਟ ਰੈਡੀ ਹੈ, ਪਰ ਆਪਾਂ 5 ਮਿੰਟ ਲੈ ਲਏ ਉਹਨਾਂ ਕੋਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟੇ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ? ਮੇਰਾ ਹਾਲ ਬਹੁਤ ਵਧੀਆ, ਤੁਸੀਂ ਸੁਣਾਓ, ਅੱਜ ਤੁਸੀਂ ਮੌਸਮ ਇੰਨਾ ਵਧੀਆ ਕੀਤਾ ਹੋਇਆ। ਇਹ ਮੌਸਮ ਨੇ ਤਾਂ ਸਾਨੂੰ ਲੰਬਾ ਸ਼ੂਟਿੰਗ ਕਰਤੀ ਨਾ, ਸਾਰਿਆਂ ਦੀ ਸਾਰੀਆਂ ਸ਼ੂਟਿੰਗਸ ਲੰਬੀਆਂ ਜਾ ਰਹੀਆਂ। ਪਰ ਅੱਜ ਦੇ ਸ਼ੂਟ ਦੀ ਗੱਲ ਕਰੀਏ, ਕਲਾਈਮੈਕਸ ਸ਼ੂਟ ਹੈ, ਕੀ ਐਸਾ ਗਾਹ ਪਾਉਣ ਲੱਗੇ ਹੋ ਨਿੱਕਾ ਜੈਲਦਾਰ 3 ਤੋਂ? ਨਿੱਕਾ ਜੈਲਦਾਰ ਕੋਈ ਜ਼ਿਆਦਾ ਹੀ ਗਾਹ ਪਿਆ ਹੋਇਆ, ਹੁਣ ਦੇਖੋ ਕੀ ਬਣਦਾ ਇਹਦਾ। ਦਬਕਾ ਰੱਖਿਆ ਹੋਇਆ ਪੂਰਾ? ਦਬਕਾ ਪੂਰਾ ਰੱਖਿਆ, ਪਹਿਲਾਂ ਤਾਂ ਜਰਾ ਐਵੇਂ ਹੌਲੀ ਹੌਲੀ ਚੱਲਦੀ ਹੈ, ਫਿਰ ਪਿੱਛੋਂ ਦਬਕਾ ਬਹੁਤ ਰੱਖਿਆ। ਇੱਕ ਵਾਰੀ ਦਬਕਾ ਮਾਰ ਦਿਓ, ਕਿ ਫਿਰ ਡਾਇਲੋਗ ਬਾਅਦ 'ਚ ਕਰਾਂਗੇ, ਹਾਲੇ ਨਹੀਂ। ਡਾਇਲੋਗ ਬਾਅਦ 'ਚ ਕਰਾਂਗੇ, ਹਾਲੇ ਨਹੀਂ, ਕੁੜੀ ਨੂੰ ਇੰਟਰਵਿਊ ਦੇ ਦਿੰਦੀ। ਹਾਂਜੀ ਜੀ, ਤੁਹਾਡੇ ਹਰ ਕਿਰਦਾਰ ਨੂੰ ਨਾ ਲੋਕ ਇੰਨਾ ਕੁ ਪਸੰਦ ਕਰਦੇ ਨੇ ਕਿ ਤੁਹਾਨੂੰ ਦੇਖਣ ਦੇ ਲਈ ਸਪੈਸ਼ਲ ਸਿਨੇਮਾ ਘਰਾਂ ਦੇ ਵਿੱਚ ਪਹੁੰਚਦੇ ਨੇ, ਉਹ ਕਿਵੇਂ ਦਾ ਅਹਿਸਾਸ ਹੁੰਦਾ? ਇਹ ਤਾਂ ਹੈ ਨਹੀਂ, ਕਿਉਂਕਿ ਸ਼ਾਇਦ ਉਹਨਾਂ ਦੇ ਘਰਾਂ 'ਚ ਇਹੋ ਜਿਹੀਆਂ ਮੇਰੇ ਵਰਗੀਆਂ ਲੇਡੀਜ਼ ਹੁੰਦੀਆਂ ਹੋਣ। ਪਰਦੇ ਦੇ ਉੱਤੇ ਤਾਂ ਬੜਾ ਜ਼ਬਰਦਸਤ ਦਬਕਾ ਹੈ, ਪਰਸਨਲ ਲਾਈਫ ਦੇ ਵਿੱਚ ਵੀ ਝਿੜਕਦੇ ਰਹਿੰਦੇ? ਪਰਸਨਲ ਲਾਈਫ 'ਚ ਪੁੱਛੋ ਇਹਨਾਂ ਨੂੰ, ਕਿੰਨੀਆਂ ਕੁ ਝਿੜਕਾਂ? ਬਿਲਕੁਲ ਜੀ, ਪੂਰਾ ਦਬਕਾ ਜੀ। ਵੈਸੇ ਡਰ ਜਾਂਦੇ ਹੋ ਜਾਂ ਦਬਕੇ ਪੈਂਦੇ ਵੀ? ਨਹੀਂ, ਵੈਸੇ ਰਿਸਪੈਕਟ ਕਰਦੇ, ਵੱਡੇ, ਨੇਚਰ ਬਹੁਤ ਵਧੀਆ ਇਹਨਾਂ ਦਾ। ਪੰਜਾਬੀ ਸਿਨੇਮਾ ਦੀ ਨਾ ਬਹੁਤ ਗਰੋਥ ਹੋ ਰਹੀ ਹੈ, ਅਤੇ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ, ਇੱਕ ਕੀ ਸੋਚ ਲੈ ਕੇ ਚੱਲੇ ਸੀਗੇ, ਅਤੇ ਅੱਜ ਜਦੋਂ ਉਹ ਪੂਰਾ ਹੋ ਰਿਹਾ ਤਾਂ ਕਿਵੇਂ ਦਾ ਲੱਗਦਾ? ਦੇਖੋ ਬੇਟੇ, ਸਾਡੇ ਵੇਲੇ ਕੋਈ ਸੋਚ ਸਾਚ ਹੈ ਨਹੀਂ ਸੀ, ਅਸੀਂ ਕਦੇ ਵੀ ਨਹੀਂ ਸੋਚਿਆ ਸੀ ਵੀ ਕੋਈ ਅਸੀਂ ਵੱਡੇ ਬਣਨਾ ਹੀ ਆ। ਮੇਰੀ ਉਮਰ ਦੇ ਬੰਦਿਆਂ ਨੂੰ ਪੁੱਛੋ ਤਾਂ ਕੋਈ ਇਹੋ ਜਿਹਾ ਡ੍ਰੀਮ ਸ਼ਰੀਮ ਹੈ ਨਹੀਂ ਸੀ, ਬਸ ਤੁਰੇ ਆਏ ਹਾਂ। ਤੁਰਿਆ, ਤੁਰਦੇ ਤੁਰਦੇ ਕਿੱਥੇ ਪਹੁੰਚ ਗਏ ਇਹ ਨਹੀਂ ਪਤਾ ਲੱਗਿਆ, ਹਾਲੇ ਵੀ ਕੋਈ ਇਹੋ ਜਿਹੀ ਸੋਚ ਹੈ ਨਹੀਂ, ਜੋ ਕੁਛ ਹੋਈ ਜਾਂਦਾ ਸਭ ਸ਼ੁਕਰ ਹੈ, ਸਭ ਠੀਕ ਹੈ। ਪਰ ਜਿਹੜਾ ਕਦਮ ਤੁਹਾਡੇ ਨਾਲ ਬੋਲੀਵੁੱਡ ਨੇ ਰੱਖਿਆ ਨਾ, ਉਹ ਕਦਮ ਵੱਧਦੇ 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 ਨਾ ਇੱਕ ਬਹੁਤ ਚੰਗੀ ਸੈਰ ਬਣ ਗਈ ਹੈ, ਜਿਹਨੂੰ ਸਾਰੇ ਇੰਜੋਏ। ਹੁਣ ਇਹ ਹੈ ਨਾ ਜੀ ਬੇਟੇ, ਬੋਲੀਵੁੱਡ 'ਚ ਇੰਨਾ ਅੱਛਾ ਹੋ ਗਿਆ ਵੀ ਸਾਡੇ ਜਿੰਨੇ ਵੀ ਪੰਜਾਬੀ ਮੁੰਡੇ ਨੇ ਜਾਂ ਬਾਹਰੋਂ ਮੁੰਡੇ ਆਏ, ਹੋਰ ਮੁੰਡੇ ਆਏ, ਸਭ ਨੂੰ ਕੰਮ ਮਿਲ ਗਿਆ, ਰੁਜ਼ਗਾਰ ਮਿਲ ਗਿਆ। ਇੱਥੇ ਇੱਕ ਫਿਲਮ 'ਚ 250-300 ਬੰਦਾ ਵੀ ਚੈਨ ਨਾਲ ਰੋਟੀ ਖਾਂਦਾ, ਇਸ ਤੋਂ ਵੱਡੀ ਜੇ ਸਰਕਾਰਾਂ ਨਹੀਂ ਦਿੰਦੀਆਂ ਤਾਂ ਇਸ ਤੋਂ ਵੱਡੀ ਹੋਰ ਕੀ ਕੰਟਰੀਬਿਊਸ਼ਨ ਪੰਜਾਬੀ ਫਿਲਮ ਦੀ ਹੋ ਸਕਦੀ ਹੈ ਕਿ ਪੰਜਾਬ ਨੂੰ ਕੰਮ ਲਾ ਰੱਖਿਆ, ਔਰ ਸਾਰੇ ਉਹ ਡਰੱਗਸ ਤੋਂ ਦੂਰ ਹੈ, ਕ੍ਰਾਈਮ ਤੋਂ ਦੂਰ ਹੈ, ਨਸ਼ਿਆਂ ਤੋਂ ਸਭ ਤੋਂ ਦੂਰ ਹੈ। ਬੜੀ ਇਮਾਨਦਾਰੀ ਨਾਲ ਸਵੇਰੇ ਵਿਚਾਰੇ 6 ਵਜੇ ਉੱਠ ਜਾਂਦੇ ਨੇ, ਰਾਤ ਨੂੰ 11-12 ਵਜੇ ਤੱਕ ਕੰਮ ਕਰਦੇ ਨੇ, ਜਿੰਨੇ ਵੀ ਪੈਸੇ ਲੱਗਦੇ ਮਿਲਦੇ ਨੇ ਉਹਨਾਂ ਨੂੰ ਸ਼ੁਕਰ ਕਰਕੇ ਲੈਂਦੇ ਨੇ, ਅਤੇ ਬਹੁਤ ਅੱਛਾ, ਮਤਲਬ ਮੈਂ ਤਾਂ ਕਹਿੰਦੀ ਹਾਂ ਇਹ ਹੋਰ ਵੀ ਫਲਰਿਸ਼ ਕਰੇ ਵੀ ਸਾਡੇ ਮੁੰਡੇ ਕੁੜੀਆਂ ਹੋਰ ਵੀ ਕੰਮ ਕਰਨ ਅਤੇ ਸਾਰਿਆਂ ਨੂੰ ਰੁਜ਼ਗਾਰ ਮਿਲੇ, ਕੋਈ ਭੁੱਖਾ ਨਾ ਰਹੇ। ਅਤੇ ਐਸੇ ਹੀ ਜਿਹੜੇ ਪੰਜਾਬੀ ਕਲਚਰ ਜਦੋਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਨਾ, ਉਹਨੂੰ ਲੋਕ ਬਹੁਤ ਰਿਲੇਟ ਕਰਦੇ ਨੇ, ਬੜਾ ਮਜ਼ਾ ਆਉਂਦਾ ਹੈ। ਅਤੇ ਅੱਜ ਤੁਹਾਨੂੰ ਕਿਹੋ ਜਿਹੀ ਫੀਲਿੰਗ ਹੈ ਕਿ ਜਿਹੜੇ ਗੰਨੇ ਦੇ ਖੇਤ ਵੀ ਜਿਹੜੇ ਲੋਕਾਂ ਨੇ ਨਹੀਂ ਦੇਖੇ ਹੋਣਗੇ, ਪਹਿਲੀ ਵਾਰੀ ਆ ਕੇ ਦੇਖਦੇ ਆ, ਫਿਰ ਸਿਨੇਮਾ ਘਰਾਂ 'ਚ ਦੇਖਦੇ? ਹਾਂ, ਕਿ ਜਿਹੜੀ ਚੀਜ਼ ਅਸੀਂ ਨਹੀਂ ਦੇਖੀ, ਸੁਣੀ ਹੁੰਦੀ ਹੈ, ਉਹਨੂੰ ਜਦੋਂ ਦਿਖਾਉਂਦੇ ਨੇ ਤਾਂ ਫਿਰ ਸਾਨੂੰ ਚੰਗਾ ਲੱਗਦਾ। ਉਹ ਚੀਜ਼ ਜਿਹੜੀ ਅਸੀਂ ਰੋਜ਼ ਦੇਖਦੇ ਹਾਂ ਉਹ ਨਹੀਂ ਚੰਗੀ ਲੱਗਦੀ, ਜਿਹੜੀ ਅਸੀਂ ਸੁਣੀ ਹੋਈ ਆ ਉਹਨੂੰ ਅਸੀਂ ਦੇਖਦੇ ਹਾਂ ਵੀ ਪਿਛਲੇ ਜ਼ਮਾਨੇ ਦੀਆਂ ਗੱਲਾਂ, ਗੰਨੇ ਦੇ ਖੇਤ, ਫਿਰ ਕਿਵੇਂ ਲੜਾਈਆਂ ਹੁੰਦੀਆਂ, ਕਿਵੇਂ ਲੋਕ ਇੱਕ ਦੂਜੇ ਨੂੰ ਬੋਲਦੇ ਨੇ, ਉੱਚੀ ਉੱਚੀ ਨੀਵੀਂ ਨੀਵੀਂ ਚੁਗਲੀਆਂ ਕਰ, ਮਤਲਬ ਇਹ ਚੀਜ਼ ਉਹਨਾਂ ਨੂੰ ਪਸੰਦ ਆਉਂਦੀਆਂ, ਅਤੇ ਫਿਰ ਇਸੇ ਕਰਕੇ ਫਿਲਮਾਂ ਚੱਲਦੀਆਂ। ਫਿਲਮਾਂ ਦੇ ਵਿੱਚ ਤਾਂ ਥੋੜ੍ਹਾ ਪੂਰਾ ਜ਼ੋਰ ਰਹਿੰਦਾ ਆਪਣੇ ਹਸਬੈਂਡ ਦੇ ਉੱਤੇ ਨਾ, ਅਤੇ ਰੀਅਲ ਲਾਈਫ ਦੇ ਵਿੱਚ ਕੀ ਹੈ? ਮੈਂ ਤਾਂ ਵਿਆਹ ਹੀ ਨਹੀਂ ਕਰਾਇਆ, ਇਹ ਸਿਆਪਾ ਹੀ ਨਹੀਂ ਕੀਤਾ, ਤਾਂ ਹੀ ਫਿਰ ਮੈਨੂੰ ਲੱਗਦਾ ਸਿਨੇਮਾ ਘਰਾਂ ਦੇ ਵਿੱਚ ਪੂਰਾ ਗੁੱਸਾ ਨਿਕਲਦਾ, ਸਾਰਾ ਕੱਢ ਦੇਣੀਆਂ ਨਿਆਣਿਆਂ 'ਤੇ ਵੀ, ਘਰ ਵਾਲੇ 'ਤੇ ਵੀ, ਨਣਦਾਂ 'ਤੇ ਵੀ, ਭਜਾਈਆਂ ਸਾਰੇ 'ਤੇ ਕੱਢ ਦੇਣੀਆਂ ਗੁੱਸਾ। ਉਹ ਫਿਰ ਸਾਰੀ ਦਰਅਸਲ ਥੀਏਟਰ ਇੱਕ ਐਸੀ ਚੀਜ਼ ਹੈ ਜਾਂ ਡਰਾਮਾ ਇੱਕ ਐਸੀ ਚੀਜ਼ ਹੈ ਜਿਹ 'ਤੇ ਤੁਹਾਡੀਆਂ ਜਿਹੜੀਆਂ ਇਮੋਸ਼ਨਸ ਨੇ ਨਾ, ਥੋੜ੍ਹੀ ਜਿਹੀਆਂ ਉਹਨਾਂ ਦਾ ਕੈਥਾਰਸਿਸ ਹੁੰਦਾ, ਲੜਨਾ ਚਾਹੁੰਦੇ ਹੋ, ਪਿਆਰ ਕਰਨਾ ਚਾਹੁੰਦੇ ਹੋ, ਨਫ਼ਰਤ ਕਰਨਾ ਚਾਹੁੰਦੇ ਹੋ, ਗੁੱਸਾ ਕੱਢਣਾ ਚਾਹੁੰਦੇ ਹੋ, ਥੱਪੜ ਮਾਰਨਾ ਚਾਹੁੰਦੇ ਹੋ, ਉਹ ਥੋੜ੍ਹਾ ਸਾਰਾ ਕੈਥਾਰਸਿਸ ਇੱਥੇ ਨਿਕਲ ਜਾਂਦਾ, ਫਿਰ ਚੈਨ ਦੀ ਜ਼ਿੰਦਗੀ ਹੋ ਜਾਂਦੀ ਹੈ ਸਾਡੀ, ਫਿਰ ਬੰਦਾ ਰਿਲੈਕਸ ਹੋ ਜਾਂਦਾ, ਫਿਰ ਰਿਲੈਕਸ ਹੋ ਜਾਂਦਾ। ਪੰਜਾਬੀ ਫਿਲਮ ਇੰਡਸਟਰੀ ਉਮੀਦ ਕਰਦੇ ਇੱਦਾਂ ਹੀ ਵੱਧਦੀ ਰਹੇ, ਅਤੇ ਤੁਸੀਂ ਸੋਹਣੀਆਂ ਫਿਲਮਾਂ ਦਿੰਦੇ ਰਹੋ, ਅਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਇੱਕ ਦਬਦਬਾ ਵਾਲੇ ਸਟਾਈਲ 'ਚ ਨਿੱਕਾ ਜੈਲਦਾਰ 3 ਲਈ ਕੁਛ ਵੀ ਦੱਸ। ਮੈਨੂੰ ਤਾਂ ਹੁਣ ਕੋਈ ਯਾਦ ਨਹੀਂ, ਦਬਦਬਾ ਤਾਂ ਲੋਕਾਂ ਨੂੰ ਪਤਾ ਮੇਰਾ ਹੈਗਾ, ਮੈਂ ਨਾ ਵੀ ਬੋਲੂੰਗੀ ਤਾਂ ਵੀ ਪਤਾ। ਇੱਕ ਵਾਰੀ ਇੱਦਾਂ ਹੀ ਕਹਿ ਦਿਓ, ਮੈਂ ਦੇਖਣ ਜ਼ਰੂਰ ਜਾਣੀ। ਹਾਂ, ਇਹ ਜਿਹੜੀ ਨਿੱਕਾ ਜੈਲਦਾਰ 3 ਹੈ, ਇਹਦੀ ਸਟੋਰੀ ਬਹੁਤ ਅੱਛੀ ਹੈ, ਬਿਲਕੁਲ ਟੋਟਲੀ ਡਿਫਰੈਂਟ ਆ। ਮੈਂ ਤੁਸੀਂ ਸਾਰੇ ਜਣੇ ਕਹੋਗੇ ਕਿ 15 ਮਿੰਟ ਫਿਲਮ ਚੱਲ ਰਹੀ, ਅਸੀਂ ਹੱਸ ਲਈਏ, ਫਿਰ 10 ਮਿੰਟ ਚਲਾ ਦੇ ਫਿਰ ਹੱਸ ਲਈਏ, ਤੁਸੀਂ ਇਸ ਕੰਟੀਨਿਊ 4 ਘੰਟੇ ਵੀ ਫਿਲਮ ਇਸ ਨੂੰ ਦੇਖੋਗੇ ਨਾ, ਤਾਂ ਵੀ ਤੁਹਾਨੂੰ ਚੰਗੀ ਲੱਗੂਗੀ, ਜ਼ਰੂਰ ਦੇਖਣਾ ਆਇਓ ਸਾਰੇ ਜਣੇ। ਅਸੀਂ ਆ ਗਏ ਹਾਂ ਜੀ ਵੈਨਿਟੀ ਵੈਨ ਦੇ ਅੰਦਰ, ਜਿੱਥੇ ਸਾਡੇ ਨਾਲ ਬੈਠ
ਬੈਠੇ ਨੇ ਪਿਆਰੇ ਜੇ ਉਹ ਵਾਲੇ ਆਰਟਿਸਟ ਜਿਨ੍ਹਾਂ ਨੇ ਦਾਹ ਫਿਲਮਸ ਦੀ ਸਭ ਤੋਂ ਪਹਿਲੀ ਬਾਈਟ ਦਿੱਤੀ ਸੀਗੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ। ਇਹਨੇ ਸੋਹਣੇ ਸੋਹਣੇ ਝੁਮਕੇ ਪਾ ਰਹੇ ਸੀ, ਪੂਰੇ ਤਿਆਰ ਹੋ ਰਹੇ ਸੀਗੇ, ਹੈ ਨਾ? ਹਾਂਜੀ। ਕਿਹੜਾ ਜਿਹੜੀ ਬਿਊਟੀ ਦਾ ਲੁਕ ਸਪੈਸ਼ਲ ਨਿੱਕਾ ਦੇ ਲਈ ਜਾਂ ਨਿੱਕਾ ਜੈਲਦਾਰ 3 ਦੇ ਲਈ? ਨਿੱਕਾ ਦੇ ਲਈ, ਫਿਲਮ ਦੇ ਵਿੱਚ ਨਿੱਕਾ ਜੈਲਦਾਰ 3 ਦੇ ਵਿੱਚ ਨਿੱਕਾ ਦੇ ਲਈ। ਵਾਟ ਐਨ ਆਨਸਰ। ਹਾਂ ਬਿਲਕੁਲ ਜੀ। ਅਤੇ ਦਾਹ ਫਿਲਮਸ ਤੋਂ ਬਹੁਤ ਸਾਰੇ ਸਾਨੂੰ ਹਮੇਸ਼ਾ ਮੈਸੇਜ ਆਉਂਦੇ ਰਹਿੰਦੇ ਸੀ ਕਿ ਤੁਸੀਂ ਕਦੋਂ ਵਾਮਿਕਾ ਗੱਬੀ ਨਾਲ ਗੱਲ ਕਰੋਗੇ, ਕਦੋਂ ਕਰੋਗੇ, ਅਤੇ ਇੱਕ ਵਾਰੀ ਫਾਈਨਲੀ ਉਹਨਾਂ ਨੂੰ ਕਹਿ ਦਿਓ ਕਿ ਮੈਂ ਆ ਗਈ ਹਾਂ। ਮੈਂ ਆ ਗਈ ਹਾਂ ਜੀ। ਵਾਮਿਕਾ ਜੀ ਆ ਚੁੱਕੇ ਨੇ ਅਤੇ ਨਿੱਕਾ ਜੈਲਦਾਰ 3 ਦੀ ਬਾਹਰ ਸ਼ੂਟਿੰਗ ਚੱਲ ਰਹੀ ਹੈ, ਤੁਸੀਂ ਦੇਖ ਹੀ ਲਿਆ, ਬਹੁਤ ਹੈਕਟਿਕ ਸ਼ਡਿਊਲ ਹੈ। ਵਾਮਿਕਾ ਜੀ ਨਾਲ ਸਭ ਤੋਂ ਪਹਿਲੇ ਇਹ ਗੱਲ ਪੁੱਛਣਾ ਚਾਹਵਾਂਗੇ ਕਿ ਇਹਨਾਂ ਜਦੋਂ ਹੈਕਟਿਕ ਸ਼ਡਿਊਲ ਹੁੰਦਾ ਕਿਵੇਂ ਮੈਨੇਜ ਹੁੰਦਾ, ਕਿਉਂਕਿ ਅਸੀਂ ਤੁਹਾਡਾ ਸੁਣਿਆ ਹੈ ਕਿ ਤੁਸੀਂ ਬਿਮਾਰ ਵੀ ਰਹੇ ਹੋ ਪਿੱਛੇ ਜੇ, ਪਰ ਫਿਰ ਵੀ ਫੁੱਲ ਔਨ ਐਨਰਜੈਟਿਕ? ਪਤਾ ਨਹੀਂ ਐਕਚੁਲੀ, ਮਤਲਬ ਆਈ ਥਿੰਕ ਮੇਰੀ ਲਾਈਫ ਦੀ ਜਰਨੀ, ਕਰੀਅਰ ਦੀ ਜਰਨੀ ਬਹੁਤ ਹੀ ਸਲੋ ਰਹੀ ਹੈ, ਵਿਚ ਆਈ ਐਮ ਨੋਟ ਕੰਪਲੇਨਿੰਗ ਅਬਾਊਟ, ਆਈ ਐਮ ਵੈਰੀ ਹੈਪੀ ਕਿ ਸਲੋ ਰਹੀ ਹੈ, ਕਿਉਂਕਿ ਇਸ ਦੌਰਾਨ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਆਈ ਹੈਵ ਲਰਨਡ ਸੋ ਮੈਨੀ ਲੈਸਨਸ ਵਿਚ ਹੈਜ਼ ਓਬਵੀਅਸਲੀ ਵੀ, ਹੈ ਨਾ, ਵੀ ਮੈਂ ਹੋਰ ਇੰਪਰੂਵ ਹੋਈ ਹਾਂ ਐਜ਼ ਅ ਪਰਸਨ, ਐਜ਼ ਐਨ ਐਕਟਰ। ਅਤੇ ਇਹ ਜਿਹੜਾ ਹੁਣ ਇੱਕਦਮ ਇਸ ਸਾਲ ਜਾਂ ਪਿਛਲੇ ਸਾਲ, ਐਕਚੁਅਲੀ ਇਸ ਸਾਲ ਸਭ ਤੋਂ ਜ਼ਿਆਦਾ ਜਿਹੜਾ ਇਸ ਵਕਤ ਚੱਲ ਰਿਹਾ, ਬਹੁਤ ਹੈਕਟਿਕ ਚੱਲ ਰਿਹਾ, ਮੈਂ ਹਜੇ ਵੀ ਸਿੱਖ ਰਹੀ ਹਾਂ ਕਿ ਹਾਊ ਟੂ ਮੈਨੇਜ ਇਟ। ਸੋ ਹਜੇ ਮੈਂ ਕਿਸੇ ਨੂੰ ਐਡਵਾਈਸ ਨਹੀਂ ਦੇ ਸਕਦੀ ਕਿ ਇਹਨਾਂ ਨੂੰ ਕਿੱਦਾਂ ਮੈਨੇਜ ਕੀਤਾ ਜਾਏ। ਨਿੱਕਾ ਜਲਦਾ 2 ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇੱਕ ਲਵ ਸਟੋਰੀ ਸੀਗੀ ਤੁਹਾਡੀ ਅਤੇ ਐਮੀ ਦੀ, ਅਧੂਰੀ ਰਹਿ ਗਈ ਸੀ, ਉਹ ਪੂਰੀ ਹੋਣ ਵਾਲੀ ਹੈ? Maybe. I don't know. I'm not supposed to reveal the story. So, pata nahin. Maybe. Maybe not. Nikke ne kinna ke impress kita vaise? I think... Nikke ne kinna ke impress kita? I think Nikke ne saare nu impress kita. Yeah. Nikka 1 was... Nikka Jaildar 1 was comedy rom-com. Nikka Jaildar 2 was again... comedy and little comedy, love, romance, and it was emotional as well, hai na, thodi ji emotional bhi segi. Mainte bahut sari cheeza Nikka Jaildar 2 diyan bahut soniyan lagdiyan ki sas te bahu da rishta jo Sonam te unna dikhaya sega, and mera te Ammy da jo unna ne hai na bada hi pyara ja relationship dikhaya sega. So I really like that, and mainu character bahut pasand sega apna Sawan. ਅਤੇ ਸਾਵਨ ਮੈਨੂੰ ਨਾਮ ਵੀ ਬਹੁਤ ਸੋਹਣਾ ਲੱਗਦਾ ਸੀਗਾ। ਹੁਣ ਨਿੱਕਾ ਜਲਦਾਰ 3 ਕਰ ਰਹੇ ਹਾਂ, ਇਟਸ ਅ ਫੁੱਲ ਔਨ ਕਾਮੇਡੀ, ਐਂਡ ਜਿਵੇਂ ਨਿੱਕਾ ਜਲਦਾਰ 1 ਬਹੁਤ ਕੈਂਟ ਸੀ, ਸੈਕਿੰਡ ਬਹੁਤ ਕੈਂਟ ਸੀ, ਥਰਡ ਇਜ਼ ਗਨ ਬੀ ਦਾ ਬੈਸਟ। ਲਾਈਕ ਆਈ ਥਿੰਕ ਲੋਕਾਂ ਨੂੰ ਇੰਨੀ ਪਸੰਦ ਆਉਣ ਵਾਲੀ ਹੈ ਨਿੱਕਾ ਜਲਦਾਰ 3, ਸੋ ਆਈ ਐਮ ਜਸਟ ਵੇਟਿੰਗ। ਮੈਂ ਤਾਂ ਕਹਿੰਦੀ ਫਟਾਫਟ ਸ਼ੂਟ ਖਤਮ ਕਰੋ, ਰਿਲੀਜ਼ ਕਰੋ, ਲਾਈਕ ਪੀਪਲ ਸ਼ੁੱਡ ਸੀ ਦਿਸ ਫਿਲਮ, ਯੂ ਨੋ। ਸਾਵਨ ਕੌਰ ਦੇ ਕੈਰੇਕਟਰ ਤੋਂ ਇਹ ਕੈਰੇਕਟਰ ਕਿਵੇਂ ਵੱਖ ਹੈ? ਇਹ ਬਲੰਟ ਹੈਗੀ ਹੈ ਉਵੇਂ ਦੇ? ਸਾਵਨ ਕੌਰ ਸਮਝਦਾਰ ਸੀ, ਯੂ ਨੋ, ਸਮਝਦਾਰ ਹੈ, ਸਮਝਦਾਰ ਹੈ, ਮੈਚੋਰ ਹੈ, ਵਾਈਜ਼ ਹੈ, ਹੈ ਨਾ, ਥੋੜ੍ਹੀ ਲੜਾਕੀ ਵੀ ਹੈਗੀ ਹੈ। ਇਹ ਪਾਗਲ ਹੈ, ਸ਼ੀ ਇਜ਼ ਮੈਡ ਬ੍ਰੋ। I don't think Nikka 'ਚ ਕੋਈ ਵੀ ਕੈਰੈਕਟਰ ਸਮਝਦਾਰ ਹੈਗਾ ਇਹ ਵਾਲੀ Nikka 3 'ਚ, ਬਟ ਮੀ ਫੋਰ ਸ਼ੋਰ ਨੋ, ਬਿਲਕੁਲ ਸਾਵਨ ਵਰਗੀ ਤਾਂ ਨਹੀਂ ਹੈਗੀ। ਇਹ ਕੈਰੈਕਟਰ ਤੁਹਾਡੇ ਪਰਸਨਲ ਕੈਰੈਕਟਰ ਨਾਲ ਕਿੰਨਾ ਰਿਲੇਟ ਕਰਦਾ? ਕਾਫੀ, ਆਈ ਥਿੰਕ ਆਮ ਅ ਮਿਕਸਚਰ ਆਫ ਸਾਵਨ ਐਂਡ ਦਿਸ ਕੈਰੈਕਟਰ। ਇਸ ਕੈਰੈਕਟਰ ਦਾ ਕੀ ਨਾਮ ਹੈ? ਪਲਪ੍ਰੀਤ ਕੌਰ। ਇਹ ਨਾਮ ਪਸੰਦ ਨਹੀਂ ਆਇਆ ਤਾਂ ਥੋੜ੍ਹਾ ਜਿਹਾ ਸੋਚ? ਆਈ ਥਿੰਕ ਜਿਹੋ ਜਿਹਾ ਮੇਰਾ ਕੈਰੈਕਟਰ ਹੈਗਾ ਫਿਲਮ ਦੇ ਵਿੱਚ, ਮੈਨੂੰ ਕੋਈ ਕਿਸੇ ਵੀ ਨਾਮ ਨਾਲ ਪਿਆਰ ਹੋ ਜਾਂਦਾ। ਆ ਮੈਨੂੰ ਪਲਪ੍ਰੀਤ ਦਿੱਤਾ, ਮੈਨੂੰ ਪਲਪ੍ਰੀਤ ਵੀ ਬਹੁਤ ਜਚਦਾ ਹੈ, ਯੂ ਨੋ, ਪਲ ਪਲ 'ਤੇ ਬੋਲਣਾ ਪਏਗਾ, ਪਲ ਪਲ 'ਤੇ ਬੋਲਣ ਵਾਲੀ ਪਲਪ੍ਰੀਤ। ਮੈਂ ਆਪਣੀ ਟੈਗਲਾਈਨ ਕ੍ਰੀਏਟ ਕਰ ਰਹੀ ਹੈ, ਪਲ ਪਲ 'ਤੇ ਬੋਲਣ ਵਾਲੀ ਪਲਪ੍ਰੀਤ। ਨਿੱਕਾ ਜੈਲਦਾਰ 3 ਦੀ ਪਲ ਪਲ 'ਤੇ ਬੋਲਣ ਵਾਲੀ ਪਲਪ੍ਰੀਤ, ਅਤੇ ਅੱਜ ਦਾ ਫਿਲਮਸ ਤੋਂ ਹੀ ਇੱਕ ਇਹ ਗੱਲ ਜਿਹੜਾ ਬੋਲਣ ਵਾਲੀ, ਬਹੁਤ ਸਾਰੀਆਂ ਗੱਲਾਂ ਪਈਆਂ ਨੇ। ਅੱਜ ਤਾਂ ਨਿੱਕਾ ਜੈਲਦਾਰ 3 ਦਾ ਲੋਕੇਸ਼ਨ ਸ਼ੂਟ ਹੈ, ਪਰ ਇੱਕ ਪ੍ਰੋਮਿਸ ਜ਼ਰੂਰ ਕਰੋ ਕਿ ਇਸ ਤੋਂ ਬਾਅਦ ਆਰਾਮ ਨਾਲ ਵਿਸਤਾਰ 'ਚ ਗੱਲਾਂ ਸਾਡੇ ਨਾਲ ਕਦੋਂ ਕਰੋਗੇ? ਮੈਂ ਵੇਟ ਕਰ ਰਹੀ ਹਾਂ ਜੀ, ਮੈਂ ਕਦੋਂ ਵਿਹਲੀ ਹੋਵਾਂ ਅਤੇ ਮੈਂ ਕਦੋਂ ਤੁਹਾਡੇ ਨਾਲ ਵਿਸਤਾਰ 'ਚ ਗੱਲਾਂ ਕਰ ਸਕਾਂ। ਮੈਨੂੰ ਕੁੜੀਆਂ ਨਾਲ ਵੈਸੇ ਹੀ ਗੱਲਾਂ ਕਰਨੀਆਂ ਬਹੁਤ ਪਸੰਦ ਨੇ। ਆਈ ਥਿੰਕ
ਪਤਾ ਨਹੀਂ, ਮੈਂ ਪਿਛਲੇ ਕੁਛ ਟਾਈਮ ਤੋਂ ਨਾ ਬਹੁਤ ਜ਼ਿਆਦਾ ਨੋਟ ਬਿਜ਼ੀ, ਲਾਈਕ ਆਈ ਡੋਂਟ ਨੋ, ਫੈਮਿਨਿਜ਼ਮ ਕਹਿ ਲਓ ਜਾਂ ਫਿਰ ਯੂ ਨੋ ਕੁੜੀਆਂ ਨਾਲ ਬਹੁਤ ਪਿਆਰ ਹੈ ਮੇਰਾ, ਯੂ ਨੋ, ਐਂਡ ਆਈ ਐਮ ਸੋ ਗਲੈਡ ਹੁਣ ਮੇਰੇ ਗਰੁੱਪ 'ਚ, ਯੂ ਨੋ, ਮੇਰੇ ਟੀਮ 'ਚ ਲਾਈਕ ਕੁੜੀਆਂ ਵੀ ਆ ਗਈਆਂ ਐਂਡ ਆਲ ਦੈਟ, ਸੋ ਮੈਨੂੰ ਬਹੁਤ ਅੱਛਾ ਲੱਗਦਾ ਗੱਲਾਂ ਕਰਨੀਆਂ, ਯੂ ਨੋ, ਸਪੈਸ਼ਲੀ ਵਿਦ ਗਰਲਸ, ਆਈ ਲਵ ਕਿ ਕੁੜੀਆਂ ਦਾ ਗੈਂਗ ਹੋਵੇ, ਅਸੀਂ ਗੱਲਾਂ ਕਰੀਏ, ਐਂਡ ਯੂ ਨੋ ਆਈ ਯਾ, ਸੋ ਮੈਂ ਆਈ ਐਮ ਵੇਟਿੰਗ ਹਾਂ, ਮੈਂ ਜਿੱਦਾਂ ਹੀ ਫ੍ਰੀ ਹੁੰਦੀ ਹਾਂ ਅਤੇ ਆਪਾਂ ਗੱਲਾਂ ਕਰਨੀਆਂ। ਗੋਸਿਪ ਗੈਂਗ ਜਿਹੜਾ ਹੈ ਨਾ ਉਹ ਆ ਰਿਹਾ ਫਟਾਫਟ, ਗਰਲਸ ਗੋਸਿਪ। ਹਾਂ, ਔਰ ਸੋਰੀ ਹਾਂ, ਮੇਰਾ ਗਲਾ ਖਰਾਬ ਹੈ, ਮੇਰੀ ਆਵਾਜ਼ ਇਹੋ ਜਿਹੀ ਨਹੀਂ ਹੈ, ਬਟ ਥੋੜ੍ਹਾ ਜਿਹਾ ਗਲਾ ਖਰਾਬ ਹੈ। ਪਰ ਇੱਕ ਗੱਲ ਹੋਰ ਤੁਹਾਨੂੰ ਦੱਸਦੀ ਹੈ ਕਿ ਵਮਿਕਾ ਜੀ ਨੂੰ ਹਮੇਸ਼ਾ ਕਿਹਾ ਜਾਂਦਾ ਕਿ ਤੁਸੀਂ ਬਿਮਾਰ ਹੋ ਕੇ ਇੰਨਾ ਵਧੀਆ ਕੰਮ ਕਰ ਲੈਂਦੇ ਹੋ, ਤਾਂ ਤੁਸੀਂ ਪਰਫੈਕਟਲੀ ਠੀਕ ਹੋਵੋਗੇ ਤਾਂ ਕਿੰਨਾ ਵਧੀਆ ਕੰਮ ਕਰੋ। ਹਾਈ, ਹਾਊ ਡੂ ਯੂ ਨੋ ਦਿਸ? ਸਭ ਕੁਛ ਪਤਾ ਹੈ। ਯਾ, ਸੋ ਦਿਸ ਹੈਪਨਡ ਇੱਕ ਫਿਲਮ ਦੇ ਸੈੱਟ 'ਤੇ ਰੀਸੈਂਟਲੀ, ਨਿਊ ਈਅਰਸ 'ਤੇ, ਮੈਂ ਨਿਊ ਈਅਰਸ ਤੋਂ ਬਿਮਾਰ ਹੋ, ਪਤਾ ਨਹੀਂ ਕਿਉਂ, ਆਈ ਹੈਵ ਬੀਨ ਸੋ ਇਲ, ਮੈਂ ਬਿਮਾਰ ਬਿਮਾਰ ਬਿਮਾਰ, ਮੇਰੇ ਮੋਮ ਡੈਡ ਆਲਸੋ ਵਾਸ ਸੋ ਵਰਿਡ, ਐਂਡ ਮੈਂ ਕੰਟੀਨਿਊਸਲੀ ਕੰਮ ਕਰ ਰਹੀ ਸੀਗੀ, ਸੋ ਦੈਟਸ ਵਨ ਸਮਬਡੀ ਟੋਲਡ ਮੀ ਦਿਸ, ਦ ਡਾਇਰੈਕਟਰ ਟੋਲਡ ਮੀ ਦਿਸ, ਮੈਂ ਇੱਕ ਫਿਲਮ ਦੇ ਸੈੱਟ 'ਤੇ ਸੀ, ਕਹਿੰਦੇ ਤੁਸੀਂ ਬਿਮਾਰ ਹੋ ਕਿਹੋ ਜਿਹਾ ਕੰਮ ਕਰ ਰਹੇ ਹੋ, ਅਤੇ ਤੁਸੀਂ ਠੀਕ ਹੁੰਦੇ ਫਿਰ ਤੁਸੀਂ ਕੀ ਕਰਦੇ? ਆਮ ਲਾਈਕ, ਸਰ ਆਈ ਹੈਵ ਨੋ ਆਈਡੀਆ, ਮੈਂ ਕਿਹਾ ਮੇਰੀ ਐਨਰਜੀ ਐਕਸ਼ਨ ਟੂ ਕੱਟ ਤੱਕ ਤਾਂ ਮੈਂ ਲੈ ਕੇ ਆ ਸਕਦੀ ਹਾਂ, ਈਵਨ ਅਗਰ ਮੈਂ ਬਿਮਾਰ ਹਾਂ, ਬਿਕੋਜ਼ ਇਟਸ ਫਰੋਮ ਐਕਸ਼ਨ ਟੂ ਕੱਟ, ਉਹਦੇ ਲਈ ਸਭ ਤੋਂ ਜ਼ਿਆਦਾ ਮਿਹਨਤ, ਯੂ ਨੋ, ਮੇਰੇ ਵੱਲੋਂ ਤਾਂ ਹਮੇਸ਼ਾ ਫਰੋਮ ਐਕਸ਼ਨ ਟੂ ਕੱਟ ਇਜ਼, ਬਿਮਾਰ ਹੋ ਮਰਨ ਵਾਲੇ ਹੋ, ਡੰਡ ਆਈ ਡੋਂਟ ਕੇਅਰ, ਲਾਈਕ ਦੈਟ ਸ਼ੁੱਡ ਬੀ ਪਰਫੈਕਟ, ਯੂ ਨੋ, ਚਾਹੇ ਮੂਡ, ਮਤਲਬ ਐਨੀਥਿੰਗ, ਕੋਈ ਵੀ ਰੀਜ਼ਨ ਹੋਏ, ਬਟ ਫਰੋਮ ਐਕਸ਼ਨ ਟੂ ਕੱਟ ਦੇਰ ਇਜ਼ ਨੋ ਕੰਪਰੋਮਾਈਜ਼। ਯਾ, ਅਤੇ ਤਮਿਲ ਫਿਲਮਾਂ 'ਚ ਕੰਮ ਕੀਤਾ ਤੁਸੀਂ, ਤੇਲਗੂ 'ਚ ਕੀਤਾ, ਪੰਜਾਬੀ 'ਚ ਵੀ ਕੀਤਾ, ਹਿੰਦੀ 'ਚ ਵੀ ਕੀਤਾ, ਚਾਰ ਇੰਡਸਟਰੀਜ਼ ਨੇ, ਵੱਖ ਵੱਖ ਤਰ੍ਹਾਂ ਨਾਲ ਕੰਮ ਕਰਦੀਆਂ ਨੇ, ਪਰ ਇਹ ਚਾਰ ਇੰਡਸਟਰੀ ਦੇ ਵਿੱਚ ਇੱਕ ਮੇਨ ਡਿਫਰੈਂਸ ਤੁਸੀਂ ਕੀ ਫੀਲ ਕਰਦੇ ਹੋ? ਵਕਤ, ਆਈ ਥਿੰਕ ਬਾਕੀ ਇੰਡਸਟਰੀਜ਼ ਨੂੰ ਵਕਤ ਜ਼ਿਆਦਾ ਮਿਲਿਆ, ਆਡੀਅੰਸ ਜ਼ਿਆਦਾ ਮਿਲੀ ਹੈ, ਇਸ ਕਰਕੇ ਉਹ ਇੰਡਸਟਰੀਜ਼ ਆਲਰੇਡੀ ਡਿਵੈਲਪਡ ਇੰਡਸਟਰੀਜ਼ ਹੈ, ਆਲਸੋ ਉੱਥੋਂ ਦੀ ਸਿਚੁਏਸ਼ਨ ਥੋੜ੍ਹੀ ਅਲੱਗ ਹੈ। ਪੰਜਾਬ ਔਨ ਦੀ ਅਦਰ ਹੈਂਡ ਹੈਜ਼ ਸਟਾਰਟਡ, ਮਤਲਬ ਪੰਜਾਬ ਦਾ ਨਾ ਪੀਰੀਅਡ ਜਿਹਾ ਆਇਆ ਸੀਗਾ ਵਿੱਚ ਜੀ, ਜਦੋਂ ਇਟ ਰੀਅਲੀ ਬੜਾ ਵਧੀਆ ਕੰਮ ਕਰਨਾ ਸ਼ੁਰੂ ਕੀਤਾ, ਦੈਨ ਅਗੇਨ ਥੋੜ੍ਹਾ ਲੋ, ਦੈਨ ਅਗੇਨ ਵਧੀਆ, ਨਾਓ ਅਗੇਨ ਇਟਸ ਗੋਇੰਗ ਰੀਅਲੀ ਗੁੱਡ, ਰਾਈਟ? ਸੋ ਆਈ ਥਿੰਕ ਇਟਸ ਗਰੋਇੰਗ ਐਟ ਅ ਵੈਰੀ ਗੁੱਡ ਸਪੀਡ ਨਾਓ, ਵਿਚ ਇਜ਼ ਗ੍ਰੇਟ, ਮੈਨੂੰ ਵੀ ਵਧੀਆ ਲੱਗਦਾ ਹੁਣ ਲੋਕਾਂ ਨੂੰ ਕਹਿੰਦੇ, ਰਾਈਟ, ਯੂ ਨੋ ਦੈਟ ਹੈਵ ਯੂ ਸੀਨ ਦਿਸ ਪੰਜਾਬੀ ਫਿਲਮ, ਬਿਕੋਜ਼ ਦੇ ਜੈਨੂਅਨਲੀ ਮੇਕਿੰਗ ਗੁੱਡ ਪੰਜਾਬੀ ਫਿਲਮ ਹੁਣ, ਹੈ ਨਾ? ਅਤੇ ਬਾਕੀ ਦੇਖੋ, ਆਈ ਥਿੰਕ ਇੰਪਰੂਵਮੈਂਟ ਦੇ ਲਈ ਤਾਂ ਹਰ ਜਗ੍ਹਾ ਥਾਂ ਹੁੰਦੀ ਹੈ ਯਾਰ, ਯੂ ਕਾਂਟ ਸੇ ਦੈਟ ਅੱਛਾ ਹੁਣ ਘੈਂਟ ਇੰਡਸਟਰੀ ਹੋ ਗਈ ਹੈ, ਵਾ ਇੰਪਰੂਵਮੈਂਟ ਤਾਂ ਹਰ ਇੰਡਸਟਰੀ ਨੂੰ ਚਾਹੀਦੀ ਹੈ, ਔਰ ਪੰਜਾਬ ਨੂੰ ਵੀ ਓਬਵੀਅਸਲੀ ਚਾਹੀਦੀ ਹੈ, ਬਹੁਤ ਸਾਰੇ ਰੀਜ਼ਨਸ, ਬਹੁਤ ਸਾਰੀਆਂ ਜਗ੍ਹਾਵਾਂ ਹੈਗੀਆਂ, ਐਂਡ ਅੱਛੀ ਗੱਲ ਹੈ ਅਗਰ ਤੁਹਾਨੂੰ ਪਤਾ ਚੱਲੇਗਾ ਤਾਂ ਹੀ ਤੁਸੀਂ ਉਹਨਾਂ 'ਤੇ ਕੰਮ ਕਰ ਸਕਦੇ ਹੋ, ਹੈ ਨਾ? ਸੋ ਯਾ, ਬਾਕੀ ਮੇਨ ਡਿਫਰੈਂਸ ਆਈ ਥਿੰਕ ਪੇਮੈਂਟ ਨੂੰ ਲੈ ਕੇ ਹੋ ਸਕਦਾ ਹੈ। ਯਾ, ਨਹੀਂ ਮੈਂ ਹੋਰ ਵੀ ਸੋਚ ਰਹੀ ਸੀ ਹੋਰ ਕੀ ਹੋਊਗਾ, ਬਟ ਇਫ ਯੂ ਆਸਕ ਮੀ ਅਬਾਊਟ ਵਨ ਮੇਜਰ ਡਿਫਰੈਂਸ, ਆਈ ਥਿੰਕ ਇਟਸ ਅਬਾਊਟ ਦ ਪੇਮੈਂਟ ਸਟਰਕਚਰ, ਵਿਚ ਇਜ਼ ਯੂ ਨੋ ਹੇਅਰ ਐਂਡ ਦੇਅਰ, ਉਹ ਅਲੱਗ ਹੈ। ਬਾਕੀ ਆਈ ਥਿੰਕ ਸਾਰੇ ਕੋਸ਼ਿਸ਼ ਕਰ ਰਹੇ ਵਧੀਆ ਕੰਮ ਕਰਨ ਦੀ। ਨਿੱਕਾ ਜੈਲਦਾਰ 3 ਦੇ ਅਤੇ 2 ਦੇ ਵੀ ਨਿੱਕਾ ਨੇ ਤੁਹਾਨੂੰ ਤੰਗ ਬਹੁਤ ਕੀਤਾ, ਔਨ ਸਕਰੀਨ ਵੀ ਪਿਆਰ ਵੀ ਬਹੁਤ ਕੀਤਾ, ਪਰ ਆਫ ਸਕਰੀਨ ਕਿੰਨਾ ਤੰਗ ਕਰਦੇ ਨੇ? ਨਿੱਕਾ ਜੈਲਦਾਰ, ਨਿੱਕਾ ਉਹ ਅੱਛਾ, ਮੈਨੂੰ ਲੱਗਿਆ ਨਿੱਕਾ ਜੈਲਦਾਰ ਲਾਈਕ ਐਵਰੀ ਵਨ ਇਨ ਦ ਫਿਲਮ, ਲਾਈਕ ਨਹੀਂ ਕੋਈ ਤੰਗ ਤਾਂ ਨਹੀਂ ਐਸ ਸੱਚ ਕਰਦਾ, ਨਹੀਂ ਯਾਰ ਐਮੀ ਐਸ ਸੱਚ ਆਫ ਸਕਰੀਨ 'ਤੇ ਕੀ ਤੰਗ ਕਰੂਗਾ, ਹੀ ਇਜ਼ ਵੈਰੀ ਸਵੀਟ, ਸਵੀਟ ਆਲਸੋ, ਐਂਡ ਬਹੁਤ ਹੀ ਵਾਟ ਡੂ ਯੂ ਸੇ, ਕੀ ਕਹਿੰਦੇ ਹੈ ਕਿ ਖੇਡਣ ਮਿਜ਼ਾਜ, ਖੁਸ਼ਮਿਜ਼ਾਜ ਬੰਦਾ ਹੈਗਾ, ਰਾਈਟ ਐਮੀ? ਅਤੇ ਉਹ ਜਦੋਂ ਵੀ ਸ਼ੂਟ ਕਰ ਰਹੇ ਹੁੰਦੇ ਆ, ਹੀ ਮੇਕ ਸ਼ੋਰ ਕਿ ਆਪਾਂ ਸਾਰੇ ਅੱਛੇ ਮੂਡ 'ਚ ਹੈਗੇ ਹਾਂ, ਐਂਡ ਸੋਸ਼ਲ ਮੀਡੀਆ 'ਤੇ ਸਨੈਪਚੈਟ 'ਤੇ ਵੀ ਦੇਖਿਆ ਵੀ ਪੂਰੇ ਬੁਲਾਉਂਦੇ ਆ ਗਏ, ਹੋਰ ਵੀ ਕੀ ਹਾਲ ਹੈ ਸਭ, ਹੀ ਇਜ਼ ਔਲਵੇਜ਼ ਇਨ ਅ ਗੁੱਡ ਮੂਡ, ਜੇ ਕੋਈ ਇੱਧਰ ਉੱਧਰ ਗੱਲ ਵੀ ਹੋ ਰਹੀ ਹੋਵੇ, ਹੈ ਨਾ, ਕੋਈ ਮੂਡ ਔਫ ਹੋ ਰਿਹਾ, ਹੀ ਮੇਕ ਸ਼ੋਰ ਕਿ ਮੂਡ ਠੀਕ ਕਰ ਦੇਣ, ਸੋ ਦੈਟਸ ਅ ਵੈਰੀ ਗੁੱਡ ਥਿੰਗ ਅਬਾਊਟ ਹਿਮ। ਤੁਹਾਡੀ ਜਿਹੜੀ ਇਹ ਹਾਸੀਆਂ ਖੇਡੀਆਂ ਹੈ, ਇਹ ਲੋਕਾਂ ਨੂੰ ਹਮੇਸ਼ਾ ਦਿਖਦੀਆਂ ਰਹਿਣ, ਪਸੰਦ ਵੀ ਆਉਂਦੀਆਂ ਰਹਿਣ, ਤੁਹਾਡਾ ਜ਼ਿਆਦਾ ਟਾਈਮ ਨਹੀਂ ਲਵਾਂਗੇ, ਕੋਸ਼ਿਸ਼ ਕਰਾਂਗੇ ਕਿ ਜਦੋਂ ਤੁਹਾਡਾ ਐਮੀ ਜੀ ਨਾਲ ਬਾਹਰ ਸ਼ੂਟ ਹੋਈ, ਇੱਕ ਛੋਟਾ ਜਿਹਾ ਸ਼ੋਟ ਲੈ ਲਈਏ ਤੁਹਾਡਾ, ਹੈ ਨਾ? ਲੈ ਲਿਓ, ਟਰੈਕਟਰ 'ਤੇ ਗੱਲ ਕਰ ਲਾਂ, ਠੀਕ ਹੈ? ਥੈਂਕ ਯੂ ਸੋ ਮਚ, ਥੈਂਕ ਯੂ ਦਾਹ, ਤਿਆਰ ਹੋ ਜਾਓ, ਤਿਆਰੀ ਖਿੱਚ ਲਓ, ਫਿਰ ਅਸੀਂ, ਮੈਂ ਬਸ ਹੁਣ ਰੈਡੀ ਹੋਣ ਲੱਗੀ, ਇੱਕ ਤਾਂ ਦੁਪੱਟਾ ਨਹੀਂ ਮੇਰਾ ਸੈੱਟ ਆ ਰਿਹਾ, ਪਿਨਅਪ ਨਹੀਂ ਕੀਤਾ ਹਜੇ ਤੱਕ, ਬਟ ਐਨੀਵੇਜ਼ ਚਲੋ ਜੀ, ਮਿਲਦੇ ਹਾਂ ਫਿਰ ਤੁਹਾਨੂੰ ਸੈੱਟ 'ਤੇ, ਓਕੇ ਜੀ।
ਅਸੀਂ ਤੁਹਾਨੂੰ ਦਿਖਾਇਆ ਸੀ ਕਿ ਬਾਹਰ ਜ਼ੋਰਾਂ ਸ਼ੋਰਾਂ ਨਾਲ ਸ਼ੂਟ ਚੱਲ ਰਿਹਾ, ਪਰ ਉਹ ਸ਼ੂਟ ਦੇ ਨਾਲ ਨਾਲ ਥੋੜ੍ਹੀ ਥੋੜ੍ਹੀ ਬਾਰਿਸ਼ ਵੀ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਐਮੀ ਜੀ ਅੰਦਰ ਵੈਨਿਟੀ 'ਚ ਬੈਠੇ ਨੇ ਅਤੇ ਅਸੀਂ ਇੱਥੇ ਹੀ ਆ ਗਏ ਇਹਨਾਂ ਨਾਲ ਗੱਲ ਕਰਨ। ਸਤਿ ਸ਼੍ਰੀ ਅਕਾਲ ਪਿਆਰ ਪਿਆਰ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਛੱਡਦੀ ਗੱਲਾਂ ਫਰਕ ਆ ਕਿਹਨਾਂ ਅਤੇ ਇਹ ਫਰਕ ਕਿੱਥੋਂ ਹੈ, ਕਿਹੜੀ ਗੱਲ ਤੋਂ ਹੈ? ਨੀਂਦ ਨਹੀਂ ਸੀ ਪੂਰੀ ਹੋਈ ਰਾਤੀ ਅਤੇ ਉਹ ਹੁਣ ਬਾਹਰ ਮੀਂਹ ਪੈਣ ਲੱਗ ਪਿਆ, ਹੈ ਤਾਂ ਖੈਰ ਨੁਕਸਾਨ ਆ ਸਾਡੇ ਯਾਰਾਂ ਦੋਸਤਾਂ, ਸਾਡੇ ਯਾਰ ਦੋਸਤ ਪ੍ਰੋਡਿਊਸਰ ਆ ਫਿਲਮ ਦੇ, ਬਟ ਜੇ ਮੈਂ ਪਰਸਨਲੀ ਸੋਚਾਂ ਤਾਂ ਬਿਲਕੁਲ ਹੀ ਸੈਲਫਿਸ਼ ਹੋ ਕੇ ਸੋਚਾਂ ਤਾਂ ਮੇਰੀ ਨੀਂਦ ਪੂਰੀ ਹੋ ਗਈ, ਮੈਂ ਦੋ ਤਿੰਨ ਘੰਟੇ ਸਾਹ ਲਿਆ। ਨਿੱਕਾ ਜੈਲਦਾਰ 3 ਇਹ ਜਦੋਂ ਵੀ ਲੋਕਾਂ ਨੂੰ ਸੁਣਨ ਨੂੰ ਮਿਲਿਆ ਨਾ ਤਾਂ ਲੋਕ ਉਦੋਂ ਤੋਂ ਹੀ ਐਕਸਾਈਟਿਡ ਹੋ ਗਏ, ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੀਸਰਾ ਪਾਰਟ ਬਣਾਉਣ ਲੱਗਿਆ, ਕੀ ਆਇਆ ਸੀ ਦਿਮਾਗ 'ਚ? ਚੈਲੇਂਜ ਹੁੰਦਾ ਜੀ ਜਦੋਂ ਤੁਸੀਂ ਕੋਈ ਵੀ ਸੀਕੁਅਲ ਬਣਾਉਣੇ, ਬੇਸਿਕਲੀ ਜਦੋਂ ਚਲੋ ਇੱਕ ਨਵੇਂ ਮੁੜ ਤੋਂ ਸ਼ੁਰੂ ਚੀਜ਼ ਕਰਦੇ ਹਾਂ ਉਹਦੇ 'ਚ ਇੰਨਾ ਚੈਲੇਂਜ ਨਹੀਂ ਹੁੰਦਾ, ਹਾਲਾਂਕਿ ਮਿਹਨਤ ਤਾਂ ਉਹਦੇ 'ਤੇ ਵੀ ਕਰਨੀ ਪੈਂਦੀ ਹੈ, ਬਟ ਜੇ ਆਲਰੇਡੀ ਤੁਹਾਡੀਆਂ ਦੋ ਚੀਜ਼ਾਂ ਚੱਲੀਆਂ ਆ, ਪਹਿਲੀ ਚੱਲੀ ਨਿੱਕਾ ਜੈਲਦਾਰ, ਫਿਰ ਨਿੱਕਾ ਜੈਲਦਾਰ 2 ਬਣਾਈ, ਫਿਰ ਉਹ ਦੋਨਾਂ ਨੂੰ ਬੀਟ ਕਰਕੇ ਹੁਣ ਤੀਜੀ ਬਣਾਉਣੀ ਆ, ਵੀ ਉਹਨਾਂ ਦੋਨਾਂ ਨਾਲ ਬੈਟਰ ਹੋਵੇ ਤਾਂ ਲੋਕ ਦੇਖਣੀ ਪਸੰਦ ਕਰਨਗੇ। ਸੋ ਕੰਪੈਰੀਜ਼ਨ ਹੋ ਜਾਂਦਾ ਆਪੋ ਆਪਣੀ ਫਿਲਮ ਨਾਲ, ਆਪੋ ਆਪਣੀ ਫਿਲਮ ਨਾਲ ਕੰਪੀਟੀਸ਼ਨ ਹੋ ਜਾਂਦਾ, ਸੋ ਹੈਵ ਟੂ ਆ ਤੁਹਾਨੂੰ ਵਰਕ ਹਾਰਡ ਕਰਨਾ ਉਸ ਫਿਲਮ ਲਈ। ਅਤੇ ਜਿੱਥੇ ਵੀ ਅਸੀਂ ਸੈੱਟ ਦੇ ਉੱਤੇ ਸਾਰਿਆਂ ਨਾਲ ਗੱਲ ਕਰ ਰਹੇ ਹਾਂ ਨਾ ਤਾਂ ਸਾਰੇ ਇਹੀ ਬੋਲ ਰਹੇ ਕਿ ਤੀਸਰਾ ਪਾਰਟ ਸੁਪਰ ਡੁਪਰ ਹਿੱਟ, ਅਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਡੈਫੀਨੇਟਲੀ ਸਾਰੇ ਜਿੰਨਿਆਂ ਨੇ ਵੀ ਤੁਹਾਨੂੰ ਦੱਸਿਆ, ਮੈਂ ਉਹਨਾਂ ਤੋਂ ਜ਼ਿਆਦਾ ਐਕਸਾਈਟਡ ਹਾਂ ਸਾਰਿਆਂ ਨਾਲੋਂ, ਮੇਰੇ ਕੋਲ ਸੈੱਟ ਤੋਂ ਸਾਰਿਆਂ ਨੂੰ ਜ਼ਿਆਦਾ ਮੈਨੂੰ ਲੱਗਦਾ ਵੀ ਇਹ ਫਿਲਮ ਸਭ ਤੋਂ ਵੱਧ ਚੱਲਣੀ ਹੈ, ਹਾਲਾਂਕਿ ਸਾਰਿਆਂ ਨੇ ਰੀਝ ਲਾਈ ਹੈ, ਸਾਰੇ ਰੀਝ ਲਾ ਰਹੇ ਆ, ਉਹ ਮਤਲਬ 10 ਕੁ ਦਿਨ ਦਾ ਸਾਡਾ ਸ਼ੂਟ ਰਹਿ ਗਿਆ, ਆਲਮੋਸਟ ਸਾਰਾ ਫਿਨਿਸ਼ ਹੋ ਗਿਆ, ਸੋ 32-33 ਦਿਨ ਦਾ ਅਸੀਂ ਸ਼ੂਟ ਕਰ ਲਿਆ, ਸੋ 10 ਕੁ ਦਿਨ ਹੋਰ, ਮੋਸਟ ਪ੍ਰੋਬਬਲੀ 45 ਕੁ ਦਿਨ ਦਾ ਸ਼ੂਟ ਹੋਊਗਾ ਫਿਲਮ ਦਾ। ਸੋ ਵੱਡੀ ਸਟਾਰਕਾਸਟ ਆ ਫਿਲਮ ਦੀ ਅਤੇ ਕਾਫੀ ਸਾਰੇ ਆਰਟਿਸਟ ਨੇ ਫਿਲਮ ਦੇ ਵਿੱਚ, ਅਤੇ ਹੋਪਫੁਲੀ ਸਾਰਿਆਂ ਨੂੰ ਫਿਲਮ ਜ਼ਰੂਰ ਪਸੰਦ ਆਊਗੀ। ਅਤੇ ਇਹਦੇ ਵਿੱਚ ਕੁਝ ਚੇਂਜਿਸ ਵੀ ਦੇਖਣ ਨੂੰ ਮਿਲ ਰਹੇ, ਵਾਮਿਕਾ ਗੱਬੀ ਜੀ ਹੈਗੇ ਆ ਇਹਦੇ ਵਿੱਚ, ਤਾਂ ਨਿੱਕਾ ਜੈਲਦਾਰ 2 ਦੇ ਵਿੱਚ ਉਹਨਾਂ ਦੇ ਨਾਲ ਤੁਹਾਡੀ ਲਵ ਸਟੋਰੀ ਸੀਗੀ ਜਿਹੜੀ ਪੂਰੀ ਨਹੀਂ ਹੋਈ ਸੀ, ਉਹ 3 ਦੇ ਵਿੱਚ ਆ ਕੇ ਪੂਰੀ ਹੋ ਰਹੀ ਹੈ? ਇਹ ਨਹੀਂ ਸਾਨੂੰ ਦੱਸਣਾ ਸੀ, ਇਹ ਜਦੋਂ ਤੁਸੀਂ ਫਿਲਮ ਵੇਖੋਗੇ ਉਹਦੇ, ਕਿਉਂਕਿ 2-3 ਚੀਜ਼ਾਂ ਹੀ ਨੇ ਫਿਲਮ ਦੇ ਵਿੱਚ ਜਿਹੜੇ ਤੋਂ ਇਮੋਸ਼ਨਸ, ਪਿਆਰ, ਇਸ਼ਕ, ਮੁਹੱਬਤ ਹੋਊਗਾ, ਵੈਸੇ ਤਾਂ ਲਾ ਸਾਰੀ ਫਿਲਮ ਹੱਸੇਗੀ। ਅਤੇ ਇਹ ਲਵ ਸਟੋਰੀ ਵੈਸੇ ਹੈਗੀ ਤਾਂ ਤੁਹਾਡੇ ਦੋਨਾਂ ਦੀ ਹੈ, ਕੁਛ ਤਾਂ ਦੱਸ ਦਿਓ, ਅੱਜ ਕਲਾਈਮੈਕਸ ਦਾ ਸ਼ੂਟ ਹੈ, ਕੁਛ ਤਾਂ ਦੱਸਣਾ ਚਾਹੀਦਾ। ਕੁਛ ਵੀ ਨਹੀਂ, ਸਾਡੀ ਦੋਨਾਂ ਦੀ ਵੀ ਹੈ, 3 ਵੀ ਜਣੇ ਅਸੀਂ, ਅਤੇ ਮਤਲਬ ਫਿਲਮ ਦੇ ਵਿੱਚ ਤੁਸੀਂ ਦੇਖੋਗੇ, ਪਹਿਲਾਂ ਪੋਸਟਰ ਦੇਖੋਗੇ ਤੁਹਾਨੂੰ ਵੀ ਬਹੁਤ ਅਜੀਬ ਜਿਹਾ ਲੱਗੂਗਾ, ਪਹਿਲਾਂ ਪੋਸਟਰ ਦੇਖ ਅੱਜ ਪਹਿਲੇ ਪੋਸਟਰ ਤੋਂ ਹੀ ਕੋਈ ਮਤਲਬ ਗਾਹ ਹੈਗਾ ਪਾਉਣ ਵਾਲਾ? ਜੀ ਫੁੱਲ ਬਿਲਕੁਲ ਜੀ। ਓਵਰਆਲ ਫਿਲਮ ਆਡੀਅੰਸ ਨੂੰ ਕੀ ਦੇ ਕੇ ਜਾਏਗੀ, ਕਿਉਂਕਿ ਆਪਾਂ ਸੁਣ ਰਹੇ ਹਾਂ ਕਿ ਇੱਕ ਜ਼ਬਰਦਸਤ ਮੈਸੇਜ ਵੀ ਇਹਦੇ ਵਿੱਚ ਹੋਣ ਵਾਲਾ ਹੈ? ਜੀ ਡੈਫੀਨੇਟਲੀ, ਹਾਸਾ ਆ, ਐਂਟਰਟੇਨਮੈਂਟ ਆ ਪੂਰਾ, ਅਤੇ ਉਹਦੇ ਨਾਲ ਮੈਸੇਜ ਆ ਬਹੁਤ ਜ਼ਿਆਦਾ ਵਧੀਆ, ਮੀਨਿੰਗਫੁੱਲ, ਆਪਣੇ ਜਿਹੜੇ ਵਹਿਮ ਭਰਮ ਹੁੰਦੇ ਆ ਸਾਰੇ ਇਹਨਾਂ ਨੂੰ ਦੂਰ ਕਰੂਗਾ ਕਾਫੀ ਚੀਜ਼ਾਂ ਨੂੰ। ਚਲੋ ਦੂਰ ਤਾਂ ਲਾਈਕ ਆਪਣੇ ਆਡੀਅੰਸ ਦੇ ਜਿਹੜੇ ਆਪਣੇ ਪਿਆਰੇ ਲੋਕ ਸਾਨੂੰ ਵੇਖਦੇ ਆ ਉਹਨਾਂ ਦੇ ਹੱਥ ਹੈ ਵੀ ਉਹਨਾਂ ਨੇ ਉਹਨੂੰ ਕਿਵੇਂ ਅਸੈਪਟ ਕਰਨਾ, ਕਾਫੀ ਜਣੇ ਉਸ ਚੀਜ਼ ਨੂੰ ਸਮਝਣਗੇ। ਜਦੋਂ ਕੋਈ ਸਿਆਣਾ ਬੰਦਾ ਸਮਝਾਉਂਦਾ ਆਪਾਂ ਉਸ ਤੋਂ ਕਈ ਵਾਰੀ ਗਰੇਜ਼ ਕਰ ਦਿੰਦੇ, ਨਹੀਂ ਵੀ ਮਾਈਟ ਬੀ ਗਲਤ ਕਹਿ ਸਕਦਾ, ਕਈ ਆਪਾਂ ਨੂੰ ਫਿਲਮ ਵੇਖ ਕੇ ਜਾਂ ਗਾਣਾ ਵੇਖ ਕੇ ਕਈ ਜਣਿਆਂ ਨੂੰ ਸਮਝ ਆ ਜਾਂਦੇ ਆ ਵੀ ਮਾਈਟ ਬੀ ਆਰ ਜੇ ਇਹ ਫਿਲਮ ਦੇ ਰਾਹੀਂ ਸਾਨੂੰ ਸਮਝਾਉਂਦੇ ਪਿਆ ਮਾਈਟ ਬੀ ਸਹੀ ਹੋਣ, ਅਤੇ ਉਹ ਕਾਫੀ ਜਣੇ ਉਸ ਚੀਜ਼ ਨੂੰ ਮਤਲਬ ਹਰਟਫੁਲੀ ਅਤੇ ਮਤਲਬ ਆਪਣੇ ਦਿਲ ਤੋਂ ਉਹਨੂੰ ਸੁਣਨਗੇ। ਸੋ ਮੇਰੇ ਵੱਲੋਂ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਜਦੋਂ ਵੀ ਫਿਲਮ ਰਿਲੀਜ਼ ਹੋਊਗੀ ਤਾਂ ਡੈਫੀਨੇਟਲੀ ਤੁਸੀਂ ਫਿਲਮ ਵੇਖੋਗੇ ਤਾਂ ਕੁਛ ਨਾ ਕੁਛ ਚੰਗਾ ਖੱਟ ਕੇ ਆਉਂਗੇ। ਬਿਲਕੁਲ ਜੀ, ਅੱਜ ਕੱਲ੍ਹ ਤਾਂ CCL ਵੀ ਖੇਲ ਰਹੇ ਹੋ ਅਤੇ ਇਸ ਤੋਂ ਬਾਅਦ ਬਾਇਓਪਿਕ 83 ਦੀ ਤਿਆਰੀ ਹੈ, ਪੂਰਾ ਕ੍ਰਿਕਟ ਪ੍ਰੈਕਟਿਸ ਚੱਲ ਰਹੀ ਹੈ? ਹਾਂ, CCL ਸਾਡੀ ਬਹੁਤ ਹੀ ਵਧੀਆ ਰਹੀ, ਇੱਕ ਦਿਨ ਮੈਂ ਤੋਂ ਓਵਰ ਸੁੱਟਿਆ ਗਿਆ, ਮਤਲਬ ਵਾਈਡਾਂ ਬਹੁਤ ਸੁੱਟੀਆਂ ਸੀ, 20-25-30 ਰਨ ਪੈ ਗਏ ਮੈਨੂੰ, ਸੋ ਦੈਟ ਵਾਜ਼ ਨੋਟ ਅ ਗੁੱਡ ਪਰਫੋਰਮੈਂਸ। ਸੋ ਬੇਸਿਕਲੀ ਮੈਂ ਕਨਫਿਊਜ਼ ਸੀਗਾ ਵੀ ਜਿਹੜਾ ਮੈਨੂੰ ਬਲਵਿੰਦਰ ਸਰ ਨੇ ਐਕਸ਼ਨ ਕਰਾਇਆ ਸੀ ਉਹ ਕਰਾਂ ਜਾਂ ਮੈਂ ਆਪਣਾ ਜਿਹੜਾ ਮੈਂ ਨਿੱਕੇ ਹੁੰਦੇ ਤੋਂ ਖੇਡਿਆ ਉਹ ਕਰਾਂ, ਸੋ ਮੈਂ ਆਪਣੇ ਨਿੱਕੇ ਹੁੰਦੇ ਵਾਲਾ ਸਿੱਟੀ ਗਿਆ, ਫਿਰ ਉਹ ਵਧੀਆ ਨਹੀਂ ਰਿਹਾ, ਨਾਲੇ ਮੇਰਾ ਵਾਈਟ ਬਾਲ 'ਤੇ ਪਹਿਲਾ ਟੂਰਨਾਮੈਂਟ ਸੀਗਾ, ਰੈੱਡ ਅਤੇ ਵਾਈਟ ਦਾ ਕਾਫੀ ਫਰਕ ਹੁੰਦਾ ਹੈ ਬਾਲ ਦਾ ਵੀ। ਸੋ ਬਾਕੀ ਪ੍ਰੈਕਟਿਸ ਚੱਲਦੀ ਹੈ ਜੀ, ਇਸ ਤੋਂ ਬਾਅਦ 83 ਦੀ ਮੋਸਟ ਪ੍ਰੋਬਬਲੀ ਅਸੀਂ ਮੇ ਦੇ ਵਿੱਚ ਫਿਲਮ ਦਾ ਸ਼ੂਟ ਸ਼ੁਰੂ ਹੋਣਾ। ਹਰ ਫਿਲਮ ਤੋਂ ਨਾ ਇਨਸਾਨ ਕੁਝ ਸਿੱਖ ਕੇ ਲੈ ਕੇ ਜਾਂਦਾ ਹੈ, ਤੁਸੀਂ ਪ੍ਰੋਡਕਸ਼ਨ ਵਿੱਚ ਵੀ ਮਤਲਬ ਕੰਮ ਕਰ ਚੁੱਕੇ, ਹੁਣ ਆ ਵੀ ਰਹੀ ਹੈ ਗੁੱਡੀਆਂ ਪਟੋਲੇ, ਜਦੋਂ ਕਿਸੇ ਦੂਸਰੇ ਦੇ ਅੰਡਰ ਕੰਮ ਕਰਨਾ ਹੁੰਦਾ ਕਿੰਨਾ ਕੁ ਰਿਸਟ੍ਰਿਕਟਿਡ ਫੀਲ ਕਰਦੇ ਹੋ ਜਾਂ ਫਿਰ ਉਵੇਂ ਦਾ ਹੀ ਮਾਈਂਡ ਰਹਿੰਦਾ? ਅਸੀਂ ਕਰਦੇ ਉਹਨਾਂ ਨਾਲ ਕੰਮ ਹੈ ਜਿਹਨਾਂ ਨੂੰ ਰਿਸਟ੍ਰਿਕਟ ਨਾ ਰਹਿਣਾ ਪਵੇ, ਆਪਣਾ ਰਿਲੈਕਸ ਹੋ ਕੇ ਕੰਮ ਕਰੀਦਾ, ਯਾਰ ਦੋਸਤੀ ਸੱਜਣ ਮਿੱਤਰ। ਵੈਸੇ ਆਪਣੀ ਪ੍ਰੋਡਕਸ਼ਨ ਵੀ ਅਸੀਂ ਉੱਥੇ ਵੀ ਮਤਲਬ ਅੱਜ ਤੱਕ ਉੱਥੇ ਤਾਂ ਮੈਂ ਖੈਰ ਨਹੀਂ ਕੀਤਾ ਆਪਣੀ ਪ੍ਰੋਡਕਸ਼ਨ 'ਚ, ਤਾਂ ਮੋਸਟ ਪ੍ਰੋਬਬਲੀ ਅਸੀਂ ਨੈਕਸਟ ਸਪਟੈਂਬਰ ਜਿਹੜਾ ਨੈਕਸਟ ਸੈਸ਼ਨ ਆਪਣਾ ਜਦੋਂ ਆਪਣੀਆਂ ਫਿਲਮਾਂ ਸ਼ੁਰੂ ਹੁੰਦੀਆਂ ਅਗਸਤ ਸਪਟੈਂਬਰ ਜਦੋਂ ਮੀਂਹ ਜੇ ਹਟਦੇ ਆ ਉਦੋਂ ਫਿਲਮ ਸ਼ੁਰੂ ਕਰਾਂਗੇ। ਬਿਲਕੁਲ ਜੀ, ਅਤੇ ਇਨ ਹਾਊਸ ਡਿਸਟ੍ਰੀਬਿਊਸ਼ਨ ਵੀ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਜਿਹੜਾ ਕਿ ਇੰਡਸਟਰੀ ਦੇ ਲਈ
ਅਸੀਂ ਮਤਲਬ ਕਿਸੇ ਲਈ ਜਾਂ ਕਿਸੇ ਹੋਰ ਲਈ ਨਹੀਂ, ਮਤਲਬ ਅਸੀਂ ਆਪਣੇ ਆਪ ਲਈ ਕੀਤਾ ਫਿਲਹਾਲ ਦੀ ਘੜੀ। ਬਾਕੀ ਜੇ ਕਿਸੇ ਨੂੰ ਇਹ ਸਾਡਾ ਕੰਮ ਵਧੀਆ ਆਊਗਾ, ਪਸੰਦ ਆਊਗਾ, ਜੇ ਚੰਗਾ ਲੱਗੂਗਾ, ਜੇ ਅਸੀਂ ਸਾਫ਼ ਸੁਥਰਾ ਕੰਮ ਕਰਕੇ ਦੇਵਾਂਗੇ, ਡੈਫੀਨੇਟਲੀ ਸਾਰਿਆਂ ਦਾ ਵੈਲਕਮ ਹੈ, ਅਸੀਂ ਜਿੰਨਾ ਹੋ ਸਕੇ ਮੈਕਸੀਮਮ ਕਰਾਂਗੇ। ਬਿਲਕੁਲ ਜੀ, ਤੁਹਾਡੇ ਕੰਮ ਤੋਂ ਬਹੁਤ ਉਮੀਦਾਂ ਨੇ ਅਤੇ ਨਿੱਕਾ ਜੈਲਦਾਰ 3 ਦੇ ਸੈੱਟ 'ਤੇ ਆਏ ਹਾਂ ਅਤੇ ਇੱਥੇ ਜਿਹੜੀ ਸ਼ੂਟਿੰਗ ਚੱਲਦੀ ਸੀ ਨਾ ਉਹ ਤੋਂ ਅਸੀਂ ਤੁਹਾਡੇ ਲਈ ਇੱਕ ਸਰਪ੍ਰਾਈਜ਼ ਲੈ ਕੇ ਆਏ ਹਾਂ, ਮੰਗਵਾ ਲਵਾਂ। ਜੀ 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 ਸ਼ੋਰ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਗੰਨਾ, ਕਿਉਂਕਿ ਗੰਨੇ ਦੇ ਖੇਤ ਦੇ ਵਿੱਚ ਸ਼ੂਟਿੰਗ ਚੱਲ ਰਹੀ ਸੀ ਅਤੇ ਇਸ ਦਰਸ਼ਕਾਂ ਨੂੰ ਬਸ ਇਹ ਤੁਸੀਂ ਇਹ ਗੰਨੇ ਚੂਪ ਕੇ ਦਿਖਾਉਣੇ ਆ। ਛਿਲ ਕੇ ਵਿਖਾਉਣੇ, ਚੂਪ ਕੇ ਪਹਿਲੇ ਛਿਲੋ। ਮੈਂ ਛਿਲ ਕੇ ਵਿਖਾ ਦੇਣਾ, ਚੂਪ ਤਾਂ ਹਰ ਬੰਦਾ ਲਊਗਾ ਇਹਨੂੰ। ਵੈਸੇ ਈਜ਼ੀ ਹੈ, ਤੁਹਾਨੂੰ ਥੋੜ੍ਹਾ ਮੈਂ ਹਾਰਡ ਚੁੱਪ ਕੇ ਖਵਾਉਣਾ, ਇਹਦਾ ਕੱਟ ਲੱਗਿਆ ਹੋਇਆ, ਲੈ ਦੂਜਾ ਫੜਾ। ਅੱਛਾ ਹੋਰ ਵੀ ਹੈਗੇ ਆ, ਇਹ ਵੀ ਹਾਰਡ ਹੁੰਦੇ? ਆਹ ਦੇਖੋ ਨਾ, ਆਹ ਦੇਖੋ ਹੁਣ, ਆਹ ਤਾਂ ਗੰਢ ਵੱਢਣੀ ਆ ਤੁਸੀਂ, ਇਹਦੀ ਪ੍ਰੋਬਲਮ ਹੈ, ਉਹ ਤਾਂ ਵੱਢਿਆ ਪਿਆ, ਇੱਥੇ ਪ੍ਰੋਬਲਮ ਹੈ। ਐਸੇ ਇਹ ਵੈਸੇ ਸੌਖਾ ਹੁੰਦਾ? ਇਹ ਹਾਰਡ ਹੁੰਦਾ, ਇਹ ਸੌਖਾ ਨਹੀਂ ਹੁੰਦਾ, ਦੂਜਾ ਸੌਖਾ ਹੁੰਦਾ। ਹੈਲੋ ਜੀ, ਮੈਂ ਮਿੱਠਾ ਛੱਡਿਆ ਵਾ, ਮੈਂ ਇੰਨੀ ਕੁ ਤੁਹਾਡੀ ਹੈਲਪ ਕਰਤੀ, ਤੁਸੀਂ ਇਹਨੂੰ ਖਾ ਚੂਪ ਸਕਦੇ ਹੋ ਜੋ ਵੀ ਤੁਸੀਂ ਕਹਿੰਦੇ ਹੋ, ਪਰ ਯੈਸ ਚੀਅਰਸ। ਮੈਂ ਤਾਂ ਵੈਸੇ, ਹਾਂ ਇਹ ਬਹੁਤ ਵਧੀਆ ਜੀ, ਵੈਸੇ ਨਾ ਇਹ ਚੀਜ਼ਾਂ ਦੇਖ ਕੇ ਬਹੁਤ ਵਧੀਆ ਲੱਗਦਾ, ਕਿਉਂਕਿ ਇਹ ਸਾਡੇ ਪੰਜਾਬੀ ਕਲਚਰ ਦੇ ਨਾਲ ਰਿਲੇਟ ਕਰਦੀਆਂ, ਜਿੱਥੋਂ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦਾ ਯੂਥ ਕਾਫੀ ਲੈਕ ਕਰਦਾ। ਜਦੋਂ ਐਸੀਆਂ ਗੱਲਾਂ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਨਾ, ਤਾਂ ਕੀ ਇੱਕ ਫੀਲਿੰਗ ਹੁੰਦੀ ਹੈ ਕਿ ਯਾਰ ਪੰਜਾਬ ਦਾ ਕਲਚਰ ਫਿਲਮਾਂ ਦੇ ਨਾਲ ਅੱਗੇ ਅੱਗੇ ਜਾ ਰਿਹਾ। ਪੰਜਾਬ ਬੇਸਿਕਲੀ ਤੁਸੀਂ ਜਿੰਨੀਆਂ ਵੀ ਪੁਰਾਣੀਆਂ ਫਿਲਮਾਂ ਦੇਖਦੇ ਹੋ, ਜਿਹੜੀਆਂ ਮਤਲਬ ਪਿਛਲੇ 4-5 ਸਾਲਾਂ 'ਚ ਹਿੱਟ ਹੋਈਆਂ ਜਾਂ ਸੁਪਰ ਹਿੱਟ ਹੋਈਆਂ, ਉਹਨਾਂ ਦੇ ਵਿੱਚ ਕਲਚਰ ਸੀਗਾ, ਲੋਕ ਪਸੰਦ ਕਰਦੇ ਨੇ ਚੀਜ਼ਾਂ ਵੇਖਣੀਆਂ ਉਹ ਸਾਰੀਆਂ, ਭਾਵੇਂ ਅੰਗਰੇਜ਼ ਸੀ, ਮਤਲਬ ਜਿਹੜੀਆਂ ਪੀਰੀਅਡ ਫਿਲਮਾਂ ਲਾ ਲਈ, ਅੰਗਰੇਜ਼ ਦੇ ਵਿੱਚ ਪੁਰਾਣਾ ਪੰਜਾਬ ਸੀ, ਬੰਬੂ ਘਾਟ ਸੀ, ਉਸ ਤੋਂ ਬਾਅਦ ਨਿੱਕਾ ਜੈਲਦਾਰ 2 ਐਂਡ ਹੋਰ ਕਾਫੀ ਫਿਲਮਾਂ ਜਿਹੜੀਆਂ ਮਤਲਬ ਪੀਰੀਅਡ ਸੀਗੀਆਂ ਅਤੇ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ। ਕਲਚਰ ਹੁੰਦਾ ਉਹਨਾਂ 'ਚ, ਕਲਚਰ ਵੀ ਕੀ ਜਿਹੜੀ ਰਿਐਲਿਟੀ ਹੈ ਬੇਸਿਕਲੀ, ਰਿਐਲਿਟੀ ਚੈਨ ਥੋੜ੍ਹਾ ਵੀ ਲੋਕ ਪਿੰਡਾਂ 'ਚ ਗੰਨੇ ਨਹੀਂ ਚੁੱਪਦੇ, ਪਿੰਡਾਂ 'ਚ ਗੰਨੇ ਚੁੱਪਦੇ ਲੋਕਾਂ 'ਚ, ਉਹ ਕੁਛ ਹੀ ਹੈ ਸਾਰਾ ਕੁਛ, ਸੋ ਸਾਰਾ ਕੁਛ ਕੰਟੀਨਿਊ ਚੱਲਦਾ। ਸੋ ਬਾਕੀ ਸ਼ਹਿਰਾਂ 'ਚ ਆ ਮਤਲਬ ਉਹਨਾਂ ਨੂੰ ਲੋਕਾਂ ਨੂੰ ਮਿਲਦੇ ਨੀਗੇ ਬੇਸਿਕਲੀ ਆ ਕੁਛ ਉੱਥੇ ਵੇਖਣ ਆਲੇ ਦੁਆਲੇ, ਹੁਣ ਇੱਥੇ ਕੀਤਾ ਜਾਏਗਾ ਆਲੇ ਦੁਆਲੇ, ਸੋ ਪਿੰਡਾਂ ਵਾਲੇ ਵਾਸਤੇ ਕੋਈ ਖਾਸ ਵੱਡੀ ਗੱਲ ਨਹੀਂ ਹੁੰਦੀ ਹੈ, ਤੁਹਾਨੂੰ ਆਪਾਂ ਕਲਚਰ ਕਹਿੰਦੇ ਹਾਂ। ਬਿਲਕੁਲ ਜੀ, ਅਤੇ ਇਹ ਜਾਣ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਨਿੱਕਾ ਜੈਲਦਾਰ 3 ਦੇ ਲਈ ਇੱਕ ਕੀ ਨੋਟਿਸ ਦੇਣਾ ਚਾਹੁੰਦੇ ਹੋ? ਉਸ ਨੋਟਿਸ ਇਹ ਹੈ ਵੀ ਇਹਦੀ ਜਿਹੜੀ ਤੁਸੀਂ ਸਾਡੇ 'ਤੇ ਗੌਰ ਰੱਖਿਓ, ਅਸੀਂ ਰਿਲੀਜ਼ ਡੇਟ ਕਦੋਂ ਪਾ ਸਕਦੇ ਹਾਂ, ਇਹ ਅਸੀਂ ਕਦੋਂ ਵੀ ਪਾ ਸਕਦੇ ਹਾਂ, ਇਹ ਅਸੀਂ ਕਿਸੇ ਦੇ ਨਾਲ ਵੀ ਆ ਸਕਦੇ। ਅਤੇ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਪਹਿਲਾ ਪੋਸਟਰ ਉਹਦੀ ਵੇਟ ਹੋ ਰਹੀ ਹੈ। ਹਾਂ, ਜਿਹੜਾ ਪਹਿਲਾ ਪੋਸਟਰ ਆਊਗਾ ਤੁਸੀਂ ਉਹਦੀ ਵੇਟ ਕਰਿਓ, ਤੁਹਾਨੂੰ ਬਹੁਤ ਹਾਸਾ ਆਊਗਾ ਪੋਸਟਰ ਵੇਖ ਕੇ, ਵੀ ਆਹ ਕੀ ਕਰੀ ਜਾਂਦੇ ਆ। ਆਲ ਦ ਵੈਰੀ ਬੈਸਟ ਟੂ ਯੂ ਜੀ, ਅਤੇ ਉਮੀਦ ਕਰਦੇ ਹਾਂ ਜਿੰਨੇ ਸੋਹਣੇ ਤੁਸੀਂ ਅੱਜ ਲੱਗ ਰਹੇ ਹੋ ਉਨੇ ਹੀ ਸੋਹਣੀ ਤਰ੍ਹਾਂ ਨਾਲ ਐਕਟਿੰਗ ਸਕਿੱਲਸ ਦੇ ਨਾਲ ਬੋਲੀਵੁੱਡ ਨੂੰ ਨਿਖਾਰਦੇ ਰਹੋ। ਮਿਹਰਬਾਨੀ, ਸ਼ੁਕਰੀਆ, ਥੈਂਕ ਯੂ। ਹੁਣ ਬਾਰਿਸ਼ ਕਰਕੇ ਤਾਂ ਅਸੀਂ ਦੇਖ ਲਿਆ ਕਿ ਸ਼ੂਟ ਰੁਕ ਚੁੱਕਿਆ, ਪਰ ਅਸੀਂ ਨਾ ਇਹ ਵਾਮਿਕਾ ਗੱਬੀ ਜੀ ਆਪਣੀ ਵੈਨਿਟੀ ਵੱਲ ਜਾ ਰਹੇ ਆ, ਅਸੀਂ ਉਹਨਾਂ ਨੂੰ 2 ਮਿੰਟ ਰੋਕ ਕੇ ਨਾ ਇੱਕ ਗੱਲ ਕਰ ਲੈਂਦੇ ਹਾਂ। ਵਾਮਿਕਾ ਜੀ, 2 ਮਿੰਟ ਆਉਂਗੇ ਜੀ। ਸਤਿ ਸ਼੍ਰੀ ਅਕਾਲ ਦੁਬਾਰਾ ਤੋਂ। ਸਤਿ ਸ਼੍ਰੀ ਅਕਾਲ। ਸਾਡਾ ਟਰੈਕਟਰ ਵਾਲਾ ਤਾਂ ਰਹਿ ਗਿਆ ਨਾ, ਕਿਉਂਕਿ ਸ਼ੂਟ ਥੋੜ੍ਹਾ ਜਿਹਾ ਪੌਜ਼ ਕੀਤਾ ਗਿਆ। ਹਾਂਜੀ, ਕਣੀਆਂ ਪੈ ਰਹੀਆਂ, ਪਰ ਚਲੋ ਵਧੀਆ, ਲਵਲੀ ਵੈਦਰ ਹੋ ਗਿਆ ਨਾ। ਨਿੱਕਾ ਜੈਲਦਾਰ 3 ਦੇ ਲਵ ਸਟੋਰੀ ਦੇ ਪਿਆਰ ਤੁਹਾਡੇ ਲਈ ਇੱਕ ਛੋਟਾ ਜਿਹਾ ਸਰਪ੍ਰਾਈਜ਼, ਜਾਂਦੇ ਜਾਂਦੇ ਇੱਕ ਤੁਹਾਡੇ ਲਈ ਗੰਨੇ ਦੇ ਖੇਤ ਵਿੱਚ ਹੋ ਰਹੀ ਸੀ ਨਾ ਸ਼ੂਟਿੰਗ, ਤੁਹਾਡੇ ਲਈ ਗੰਨਾ। ਥੈਂਕ ਯੂ। ਇਹਨੂੰ ਛਿਲ ਕੇ ਦਿਖਾਉਣਾ ਪਏਗਾ। ਕਿਉਂ ਇਹ ਆ ਕਿਉਂ? ਬਸ ਵੈਸੇ ਛਿਲੇ। ਬਹੁਤ ਚੱਲਿਆ ਪਿੰਡ, ਮਤਲਬ ਨਿੱਕੇ ਹੁੰਦੇ ਕਰਦੇ ਸੀਗੇ ਸਭ ਗੰਨੇ ਸਭ। ਆ ਮਿੱਠਾ ਨਹੀਂ ਹੈ, ਮੈਂ ਨਹੀਂ ਖਾਣਾ ਜੀ। ਤੁਸੀਂ ਛਿਲ ਕੇ ਦਿਖਾਤਾ, ਥੈਂਕ ਯੂ ਸੋ ਵੈਰੀ ਮੱਚ। ਤੁਸੀਂ ਬਾਰਿਸ਼ ਹੋ ਰਹੀ ਹੈ, ਵੈਨਿਟੀ 'ਚ ਜਾਓ। ਚੱਲੋ ਆਉਂਦਾ, ਚਲੋ 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 ਚਲੋ। ਬਹੁਤ ਔਖਾ ਹੁੰਦਾ ਹੈ ਤੁਸੀਂ। ਇਹਨੂੰ ਨਹੀਂ ਛਿਲਣਾ ਕਹਿੰਦੇ। ਅੱਛਾ, ਇੱਥੋਂ ਹੋਰ ਵੀ ਹੋਣਾ ਚਾਹੀਦਾ। ਚਲੋ, ਤੁਹਾਡੀ ਐਂਕਰ ਹੋ ਗਈ ਹੈ ਫੇਲ। ਕੁਛ ਤਾਂ ਹੋਇਆ ਯਾਰ, ਤੁਹਾਨੂੰ ਛੋਟਾ ਵਾਲਾ ਦੇ ਦੇਣਾ ਸੀਗਾ। ਇੱਥੋਂ ਨਾ ਐਮੀ ਜੀ ਨੇ ਦੱਸਿਆ ਔਖਾ ਬੜਾ ਹੁੰਦਾ। ਮੈਂ ਤਾਂ ਹੀ ਤੁਹਾਨੂੰ ਓਵਲੀ ਸਾਈਡ ਦਿੱਤੀ ਸੀ। ਓ ਸ਼ੀ ਡਿਡ ਇਟ। ਚਲੋ ਜੀ, ਸਾਰੇ ਜਣੇ ਤਾਲੀਆਂ ਮਾਰ ਦਿਓ। ਕੁਛ ਆ ਗਿਆ ਤੇ ਬਾਰਿਸ਼ ਆ ਰਹੀ ਹੈ। ਇਸ ਤੋਂ ਪਹਿਲਾਂ ਕਿ ਵਾਮਿਕਾ ਗੱਬੀ ਜੀ ਬਿਮਾਰ, ਤੁਸੀਂ ਮਾਈਕ ਫੜੋ, ਮੈਨੂੰ ਗੰਨਾ ਫੜਾਓ। ਬਿਲਕੁਲ ਨਹੀਂ, ਤੇ ਮੈਂ ਹੁਣ ਅੰਦਰ ਜਾ ਕੇ ਗੰਨਾ ਖਾਂਦੀ ਹਾਂ, ਤੇ ਹੁਣ ਆਈ ਵਿਲ ਸੀ ਯੂ ਸੂਨ। ਠੀਕ ਹੈ, ਵੈਰੀ ਬੈਸਟ ਟੂ ਯੂ। ਥੈਂਕ ਯੂ। ਐਂਡ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਆਈਆਂ, ਬਹੁਤ ਸਾਰੀਆਂ, ਤੁਸੀਂ ਸਾਰਿਆਂ ਦੇ ਸੈਟਸ ਤੇ ਆਉਣਾ ਹੈ। ਠੀਕ ਹੈ,
ਬਾਏ ਗਾਇਸ, ਥੈਂਕ ਯੂ ਸੋ ਮਚ, ਆਲ ਦ ਵੈਰੀ ਬੈਸਟ, ਬਾਏ ਜੀ। ਤੇ ਮੈਂ ਹੋਈ ਫੇਲ ਜਾਂ ਪਾਸ ਮੈਨੂੰ ਤਾਂ ਨਹੀਂ ਪਤਾ, ਕੌਣ ਫੇਲ ਹੋਇਆ ਕੌਣ ਪਾਸ ਹੋਇਆ, ਤੇ ਨਿੱਕਾ ਜੈਲਦਾਰ 3 ਤੋਂ ਤੁਹਾਨੂੰ ਕਿੰਨੀਆਂ ਉਮੀਦਾਂ ਨੇ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰੀ, ਸਤਿ ਸ਼੍ਰੀ ਅਕਾਲ। ਅਸੀਂ ਕਿਹਾ ਇਹ ਸੱਚ ਮੈਂ ਟਫ ਹੋਟਾ ਹੈ।